ਨਾਲ ਹੀ ਸਾਡੇ ਅਗਲੇ ਬੰਨੇ ਵੇਖੋ ਜੀ ਟਰੱਕ ਤੁਰਿਆ ਜਾਂਦਾ ਸੀ। ਇਹ ਟਰੱਕ ਵੇਖ ਕੇ ਪਤਾ ਲੱਗਦਾ ਕਿ ਬਈ ਆਪਣੇ ਭਾਈਚਾਰੇ ਤੋਂ ਆਪਣੇ ਜਿਹੜੇ ਪੰਜਾਬੀ ਨੇ ਇਹਨਾਂ ਦੇ ਟਰੱਕ ਆ, ਨਾਲ ਉਹਨਾਂ ਸਿੱਧੂ ਮੂਸੇਵਾਲੇ ਦੀ ਫੋਟੋ ਲਾਈ ਹੋਈ ਆ। ਅਸੀਂ ਇੰਡੀਅਨਐਪਲਿਸ ਤੋਂ ਜਾ ਰਹੇ ਜੀ ਹੁਣ ਸਿਨਸਿਨੈਟੀ, ਜਿੱਥੇ ਆਪਣਾ ਅੱਜ ਦਾ ਪ੍ਰੋਗਰਾਮ ਹੈਗਾ, ਕਬੱਡੀ ਆ, ਹੋਰ ਗਾਉਣ ਵਜਾਉਣ ਵੀ ਹੈਗਾ। ਪਰ ਇੱਥੇ ਆ ਕੇ ਦੇਖਿਆ ਜੀ, ਬਹੁਤ ਸੋਹਣੀ ਹਾਈਵੇ ਦੇ ਨਾਲ ਨਾਲ ਜਿਹੜੇ ਅਸੀਂ ਆ ਰਹੇ ਸੀਗੇ ਤਾਂ ਬੜੀ ਹਰਿਆਲੀ, ਹਰਿਆ ਭਰਿਆ, ਬਹੁਤ ਸੋਹਣਾ ਜੀ, ਬਹੁਤ ਇਟਸ ਔਸਮ। ਅਸੀਂ ਜਦੋਂ ਸਫ਼ਰ ਵੀ ਕਰਦੇ ਸੀ ਨਾ, ਅਸੀਂ ਰਸਤੇ ਦੇ ਵਿੱਚ ਵੀ ਗੱਲ ਕਰਦੇ ਸੀ ਵੀ ਜੇ ਨਕਸ਼ੇ ਅਤੇ ਜੋਗ੍ਰਾਫਿਕਲੀ ਦੇਖੀਏ ਨਾ ਤਾਂ ਇਹ ਬਹੁਤ ਚੀਜ਼ਾਂ ਦਾ ਸੈਂਟਰ ਜਿਹਾ ਪੈ ਜਾਂਦਾ ਹੈ। ਇੱਧਰਲੇ ਬੰਨੇ ਟੋਰੋਂਟੋ ਨੇੜੇ, ਸ਼ਿਕਾਗੋ ਨੇੜੇ, ਨਿਊਯਾਰਕ ਨੇੜੇ, ਵਾਸ਼ਿੰਗਟਨ ਨੇੜੇ, ਬੜੇ ਵੱਡੇ ਵੱਡੇ ਸ਼ਹਿਰ ਨੇ। ਟੈਕਸਸ ਨੂੰ ਸਿੱਧਾ ਵੱਡਾ ਰੂਟ ਜਾਂਦਾ ਨਾ। ਵੀ ਜੇ ਕੋਈ ਨਵਾਂ ਬੰਦਾ ਇੱਥੇ ਆਉਂਦਾ ਆ, ਕੰਮ ਕਾਰ ਲੱਭਣ ਦੀ ਤੰਗੀ ਕਿੰਨੀ ਕੁ ਆਉਂਦੀ ਆ, ਜਾਂ ਉਹਦੇ ਬਾਰੇ ਕਿੰਨੇ ਕੁ ਜਾਂ ਲੋਕ ਨੇ ਜਿਹੜੇ ਨਵੇਂ ਤੁਹਾਨੂੰ ਲੱਗਦਾ ਵੀ ਸ਼ਹਿਰ ਦੇ ਵਿੱਚ ਹੁਣ ਆ ਰਹੇ? ਤੁਸੀਂ ਦੱਸਿਆ ਕੋਵਿਡ ਦੇ ਸਮੇਂ ਬਹੁਤ ਲੋਕ ਇੱਧਰ ਆ ਕੇ ਮੂਵ ਹੋਏ। ਸਾਡੇ ਪੰਜਾਬੀਆਂ ਨੂੰ ਜਿਹਨਾਂ ਨੂੰ ਬਿਲਕੁਲ ਵੀ ਪੜ੍ਹ ਕੇ ਨਹੀਂ ਆਇਓ, ਝੋਟੇ ਕੁੱਟ ਕੇ ਆਇਓ ਆ, ਤਾਂ ਉਹਨਾਂ ਨੂੰ ਫੈਡਐਕਸ ਵਾਲੇ ਹੱਥੀਂ ਸ਼ਾਮਾ ਕਰਦੇ ਵੀ ਆ ਜਾਓ ਸਾਡੇ ਕੋਲ। ਲਓ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅੱਜ ਸਾਡਾ USA ਦੇ ਵਿੱਚ 10ਵਾਂ ਦਿਨ ਹੋ ਗਿਆ ਔਰ ਅਸੀਂ ਇਸ ਵੇਲੇ ਪਹੁੰਚ ਗਏ ਹਾਂ ਮਿਡ ਵੈਸਟ ਕਹਿੰਦੇ ਆ ਲੱਕੀ ਬਾਈ ਇਹਨੂੰ, ਮਿਡ ਵੈਸਟ। ਇਸ ਵੇਲੇ ਇੰਡੀਅਨਐਪਲਿਸ ਪਹੁੰਚ ਗਏ, ਜਿਹੜਾ ਕਿ ਬਹੁਤ ਹੀ ਖੁੱਲ੍ਹਾ ਏਰੀਆ ਆ, ਔਰ ਬਾਕੀ ਜਿਹੜੇ ਇਸ ਏਰੀਏ ਦੇ ਬਾਰੇ ਸਾਰੀ ਜਾਣਕਾਰੀ ਆ ਉਹ ਅਸੀਂ ਚਾਚਾ ਜੀ ਹੁਣਾਂ ਤੋਂ ਐਂਡ ਲੱਕੀ ਭਾਜੀ ਹੁਣਾਂ ਤੋਂ ਲਵਾਂਗੇ। ਨਹੀਂ ਨਹੀਂ, ਜਿੰਨੀ ਕੁ ਹੈਗੀ ਆ, ਜਿੰਨੀ ਕੁ ਜਾਣਕਾਰੀ ਹੈਗੀ ਆ ਉਹ ਆਪਾਂ ਲਵਾਂਗੇ। ਬਿਲਕੁਲ। ਤਾਂ ਜੋਗਰਾਜ ਕਿਵੇਂ ਲੱਗ ਰਿਹਾ? ਪਹਿਲੀ ਗੱਲ ਤਾਂ ਇਹ ਦੱਸੋ ਵੀ ਤੁਹਾਨੂੰ ਜੀ, 5-6 ਦਿਨ ਸੋਚ ਕੇ ਚੱਲੇ ਸੀ ਅਤੇ ਆਲਮੋਸਟ ਡਬਲ ਸਮਾਂ ਹੋ ਗਿਆ ਨਾ। ਦੋ ਕਾਰਨ ਹੀ ਹੁੰਦੇ, ਜਾਂ ਤਾਂ ਮਜ਼ਬੂਰੀ ਵਿੱਚ ਜਾਂ ਤਾਂ ਬੜੇ ਚਾਅ ਦੇ ਵਿੱਚ, ਅਤੇ ਸਾਡੇ ਤਾਂ ਚਾਈ ਦਿਨ ਦੁੱਗਣੇ ਹੋ ਗਏ ਅਤੇ ਹੁਣ ਇੰਡੀਅਨਐਪਲਿਸ ਪਹੁੰਚ ਕੇ ਅੱਜ ਸਿਨਸਿਨਾਟੀ ਖੇਡ ਮੇਲੇ 'ਤੇ ਚੱਲੇ, ਉਹਦਾ ਇੱਕ ਆਪਣਾ ਚਾਅ ਆ। ਕਿਉਂਕਿ ਕੋਵਿਡ ਦੇ ਸਮੇਂ ਸੁਣਿਆ ਕਿ ਬਹੁਤ ਸਾਰੀ ਆਪਣੇ ਭਾਈਚਾਰੇ ਦੀ ਆਬਾਦੀ ਜਿਹੜੀ ਕੈਲੀਫੋਰਨੀਆ ਤੋਂ, ਸ਼ਿਕਾਗੋ ਤੋਂ ਅਤੇ ਨਿਊਯਾਰਕ ਤੋਂ ਉਹ ਚੱਲ ਕੇ ਜਿਹੜੀਆਂ ਇੰਡੀਅਨਐਪਲਿਸ ਦੇ ਵਿੱਚ ਪਹੁੰਚੀ ਜਾਂ ਸਿਨਸਿਨਾਟੀ ਦੇ ਵਿੱਚ ਪਹੁੰਚੀ। ਸੋ ਵੱਡੀ ਗਿਣਤੀ 'ਚ ਭਾਈਚਾਰਾ ਇਹਨਾਂ ਦੋਵਾਂ ਸ਼ਹਿਰਾਂ ਦੇ ਵਿੱਚ ਰਹਿੰਦਾ ਅਤੇ ਅੱਜ ਅਤੇ ਕੱਲ੍ਹ ਪ੍ਰਾਈਮ ਮਿਨਿਸਟਰ ਦੀ ਟੀਮ ਇਹਨਾਂ ਦੋਵਾਂ ਸ਼ਹਿਰਾਂ ਦੇ ਵਿੱਚ ਹੋਊਗੀ। ਅੱਜ ਖੇਡ ਮੇਲੇ 'ਤੇ ਫਿਰ ਗੁਰਦੁਆਰਾ ਸਾਹਿਬ ਜਾਂ ਹੋਰ ਕੋਈ ਕਮਿਊਨਿਟੀ ਦੇ ਪ੍ਰੋਗਰਾਮ ਉੱਥੇ ਪਹੁੰਚਣ ਦੀ ਕੋਸ਼ਿਸ਼ ਕਰਾਂਗੇ। ਅਸੀਂ ਇੰਡੀਅਨਐਪਲਿਸ ਤੋਂ ਜਾ ਰਹੇ ਜੀ ਹੁਣ ਸਿਨਸਿਨੈਟੀ, ਜਿੱਥੇ ਆਪਣਾ ਅੱਜ ਦਾ ਪ੍ਰੋਗਰਾਮ ਹੈਗਾ, ਕਬੱਡੀ ਆ, ਹੋਰ ਗਾਉਣ ਵਜਾਉਣ ਵੀ ਹੈਗਾ। ਪਰ ਇੱਥੇ ਆ ਕੇ ਦੇਖਿਆ ਜੀ, ਬਹੁਤ ਸੋਹਣੀ ਹਾਈਵੇ ਦੇ ਨਾਲ ਨਾਲ ਜਿਹੜੇ ਅਸੀਂ ਆ ਰਹੇ ਸੀਗੇ ਤਾਂ ਬੜੀ ਹਰਿਆਲੀ, ਹਰਿਆ ਭਰਿਆ, ਬਹੁਤ ਸੋਹਣਾ ਜੀ, ਬਹੁਤ ਇਟਸ ਔਸਮ, ਵਧੀਆ ਜੀ। ਏਰੀਆ ਬੜਾ ਖੁੱਲ੍ਹਾ ਆ, ਪ੍ਰਾਈਜ਼ ਕੰਪੇਅਰ ਟੂ ਸ਼ਿਕਾਗੋ ਜਾਂ ਹੋਰ ਮੈਟਰੋ ਸਿਟੀ ਜਿਹੜੇ ਹੈਗੇ ਆ ਉਹਨਾਂ ਦੇ ਮੁਕਾਬਲੇ 'ਚ ਕਾਫੀ ਅਫੋਰਡੇਬਲ ਨੇ। ਸੋ ਫਾਰ ਜਿਹੜਾ ਫਸਟ ਇੰਪ੍ਰੈਸ਼ਨ ਆ, ਬਹੁਤ ਵਧੀਆ ਇਸ ਸਟੇਟ ਦਾ ਪਿਆ। ਇੱਕ ਜਿਹੜੀ ਖੁਸ਼ੀ ਵਾਲੀ ਗੱਲ ਆ ਵੀ ਇੱਥੇ ਪੰਜਾਬੀਆਂ ਦੀ ਪਾਪੂਲੇਸ਼ਨ ਬਹੁਤ ਹੀ ਜ਼ਿਆਦਾ ਆ, ਸੋ ਉਹ ਫਿਰ ਤੁਹਾਨੂੰ ਉਹ ਪੰਜਾਬ ਵਾਲੀ, ਤੁਸੀਂ ਜੋ ਪੰਜਾਬ ਨੂੰ ਮਿਸ ਕਰਦੇ ਆ ਤਾਂ ਫਿਰ ਉਹ ਘੱਟੇ ਹੀ ਕਰਦੇ ਜਦੋਂ ਤੁਹਾਨੂੰ ਸੱਜੇ ਖੱਬੇ ਉਹੀ ਪੰਜਾਬੀ ਦਿਸਦੇ ਆ, ਤਾਂ ਰਿਸ਼ਤੇਦਾਰੀਆਂ ਮਿੱਤਰਚਾਰੇ ਉਹ ਪੰਜਾਬੀ ਕਲਚਰ ਫਿਰ ਆਪਾਂ ਉਹਦੀ ਬੜੀ ਸੌਖ ਹੋ ਜਾਂਦੀ ਹੈ ਜੇ ਆਪਣੀ ਕਮਿਊਨਿਟੀ ਕਿਸੇ ਵੀ ਸਰਾਊਂਡਿੰਗ ਦੇ ਵਿੱਚ ਵੱਡੀ ਗਿਣਤੀ 'ਚ ਹੁੰਦੀ ਹੈ। ਗੁਰਦੁਆਰਾ ਸਾਹਿਬ ਵੀ ਇੱਥੇ ਹੈਗੇ ਆ, 6-7 ਸੁਣਨ 'ਚ ਆਇਆ ਸੀ ਵੀ ਇੰਡੀਅਨਐਪਲਿਸ ਦੇ ਵਿੱਚ 6-7 ਗੁਰਦੁਆਰਾ ਸਾਹਿਬ ਹੈਗੇ ਆ, 2-3 ਤਾਂ ਕਾਫੀ ਵੱਡੇ ਨੇ, ਤਾਂ ਉਹ ਵੀ ਆਪਾਂ ਕੋਸ਼ਿਸ਼ ਕਰਾਂਗੇ ਤੁਹਾਨੂੰ ਦਿਖਾਵਾਂਗੇ। ਪਰ ਆ ਬਹੁਤ ਸੋਹਣਾ ਲੱਗਿਆ ਆ ਜਿਹੜਾ ਖੁੱਲ੍ਹਾ ਏਰੀਆ ਔਰ ਹਰੀ ਭਰੀ ਹਰਿਆਲੀ। ਅਸੀਂ ਕਿਉਂਕਿ ਜਦੋਂ ਦੇ ਤੁਰੇ ਸੀਗੇ ਅਸੀਂ ਸਿਆਟਲ ਤੋਂ, ਫਿਰ ਆਪਾਂ ਚਲੋ ਕੈਲੀਫੋਰਨੀਆ ਗਏ ਸੀ, ਕੈਲੀਫੋਰਨੀਆ ਤੋਂ ਬਾਅਦ ਬੜੇ ਖੁਸ਼ਕ ਪਹਾੜ, ਖੁਸ਼ਕ ਏਰੀਆ ਆਏ ਸੀਗੇ। ਪਰ ਆਲ ਆਫ ਸਡਨ ਜਦੋਂ ਇੱਥੇ ਆਏ ਹਾਂ, ਇਹ 300-400 ਕਿਲੋਮੀਟਰ ਤੋਂ ਪਹਿਲਾਂ ਹੀ ਸਾਨੂੰ ਬੜੀ ਵੱਡੀ ਵੱਡੀ ਹਰਿਆਲੀ ਔਰ ਫਸਲਾਂ ਦਿਸਣ ਲੱਗ ਪਈਆਂ। ਫਸਲਾਂ ਜ਼ਿਆਦਾ ਮੱਕੀ ਐਂਡ ਸੋਇਆਬੀਨ ਜਾਂ ਰੌਂਗੀ ਜਿਹਨੂੰ ਕਹਿੰਦੇ ਆ, ਉਹਦੀ ਖੇਤੀ ਹੀ ਹੁੰਦੀ ਆ। ਪਰ ਮੌਸਮ ਜਿਹੜਾ ਆ, ਮੌਸਮ ਇਸ ਵੇਲੇ ਮੇਰੇ ਖਿਆਲ ਗਰਮੀਆਂ ਦੀ ਪੀਕ ਲੱਗ ਰਹੀ ਆ ਮੈਨੂੰ, ਇਸ ਵੇਲੇ 29 ਡਿਗਰੀ ਆ,
ਜਿੱਦਾਂ ਵਿੰਟਰ ਦੇ ਵਿੱਚ ਕਹਿੰਦੇ ਸਨੋਅ ਵੀ ਕਾਫੀ ਪੈ ਜਾਂਦੀ ਹੈ। ਲਓ ਜੀ ਅਸੀਂ ਹੁਣ ਇਸ ਵੇਲੇ ਆਲਮੋਸਟ ਪਹੁੰਚਣ ਲੱਗੇ ਹਾਂ ਕੀ ਨਾ ਲੱਕੀ ਭਾਅ ਜੀ ਮਿਡਲ ਟਾਊਨ, ਮਿਡਲ ਟਾਊਨ ਹੈ ਜੀ ਜਿੱਥੇ ਸਿਨਸਿਨੈਟੀ, ਸਿਨਸਿਨੈਟੀ ਸਾਨੂੰ ਸੁਣ ਜਿਹੜਾ ਆਮ ਆਪਾਂ ਕਹਿੰਦੇ ਸਿਨਸਿਨੈਟੀ, ਜਿੱਥੇ ਅੱਜ ਕਬੱਡੀ ਦੇ ਟੂਰਨਾਮੈਂਟ ਜਾਂ ਹੋਰ ਮੇਲਾ ਵਗੈਰਾ ਹੋ ਰਿਹਾ। ਸੋ ਐਗਜ਼ਿਟ ਲੈ ਲਿਆ ਹੁਣ ਇੱਥੋਂ, ਮੇਰੇ ਖਿਆਲ ਅਸੀਂ 8 ਮਿੰਟ ਦੂਰ ਹੋਵਾਂਗੇ। ਤਾਂ ਇੱਥੇ ਮੋਸਟਲੀ ਜਿਸ ਏਰੀਏ 'ਚ ਅਸੀਂ ਹੈਗੇ ਹਾਂ ਸਿਨਸਿਨੈਟੀ ਏਰੀਏ ਦੇ ਵਿੱਚ, ਇੱਥੇ ਜ਼ਿਆਦਾ ਖੁੱਲ੍ਹੇ ਖੁੱਲ੍ਹੇ ਘਰ, ਰੈਂਚਰ ਘਰ ਨੇ ਔਰ ਬੜੇ ਵੱਡੀਆਂ ਯਾਰਡਸ ਨੇ, ਬੜੇ ਸੋਹਣੇ ਲੱਗ ਰਹੇ ਨੇ। ਸਿਨਸਿਨਾਟੀ ਦੇ ਖੇਡ ਮੇਲੇ 'ਤੇ ਆਪਾਂ ਅੱਜ ਪਹੁੰਚੇ ਹਾਂ, ਸਾਡੀ ਟੀਮ ਇੱਥੇ ਪਹੁੰਚੀ। ਅਸੀਂ ਜਾ ਕੇ ਖੇਡਾਂ ਦੇਖੀਆਂ, ਵਾਲੀਬਾਲ ਦੇ ਮੈਚ ਹੋ ਰਹੇ, ਫੁੱਟਬਾਲ ਦੇ ਮੈਚ ਹੋ ਰਹੇ ਆ, ਕੁੜੀਆਂ ਦੀ ਕਬੱਡੀ ਜਿਹੜੇ ਆ ਆਪਣੇ ਮੁੰਡਿਆਂ ਦੀ ਕਬੱਡੀ ਉਹਦੇ ਮੈਚ ਚੱਲਦੇ ਪਏ ਨੇ, ਉਸ ਤੋਂ ਬਾਅਦ ਗਾਉਣ ਵਾਲਿਆਂ ਨੇ ਵੀ ਲੱਗਣਾ। ਸੋ ਬਹੁਤ ਵਧੀਆ ਇੱਕ ਨਜ਼ਾਰਾ ਅੱਜ ਇੱਥੇ ਸਿਨਸਿਨਾਟੀ ਦੇ ਵਿੱਚ ਦੇਖਣ ਨੂੰ ਮਿਲਿਆ। ਇਹ ਸਾਂਝਾ 6-7 ਸਟੇਟਾਂ ਵੱਲੋਂ ਇਹ ਜਿਹੜਾ ਟੂਰਨਾਮੈਂਟ ਸਾਂਝੇ ਤੌਰ 'ਤੇ ਲਾਗੇ ਬੰਨੇ ਦੀਆਂ 6-7 ਸਟੇਟਾਂ ਤੋਂ ਲੋਕ ਇੱਥੇ ਪਹੁੰਚੇ ਪ੍ਰਬੰਧਕਾਂ ਦੇ ਨਾਲ ਸਹਿਯੋਗ ਕਰਨ ਲਈ, ਜਾਂ ਲੋਕ ਜਿਹੜੀ ਸੰਗਤਾਂ ਵੀ ਇੱਥੇ ਪਹੁੰਚੀਆਂ, ਖਾਣ ਪੀਣ ਦਾ ਵੀ ਪੂਰਾ ਪ੍ਰਬੰਧ, ਐਨ ਪੂਰਾ ਪੰਜਾਬ ਵਾਲਾ ਮਾਹੌਲ ਇੱਥੇ ਉਹ ਹੈ ਉਹਦੇ ਵਿੱਚ ਜਿਹੜਾ ਬਣਾਇਆ ਪਿਆ। ਬੱਚਿਆਂ ਦੇ ਖੇਡਣ ਦਾ ਪ੍ਰਬੰਧ ਆ, ਪਾਰਕਿੰਗ ਦਾ ਬਹੁਤ ਸੋਹਣਾ ਪ੍ਰਬੰਧ ਆ, ਪਿੱਛੇ ਫੁੱਟਬਾਲ ਦੇ ਮੈਚ ਅਸੀਂ ਦੇਖੇ ਕਿ ਅਜੇ ਵੀ ਚੱਲਦੇ ਪਏ ਨੇ, ਅਤੇ ਇੱਧਰਲੇ ਬੰਨੇ ਕਿਸੇ ਨੇ ਖਾਣਾ ਪੀਣਾ ਹਰ ਤਰੀਕੇ ਦੇ, ਹਰ ਪ੍ਰਕਾਰ ਦੇ ਲੰਗਰ ਵੀ ਨੇ। ਸਾਡੀ ਟੀਮ ਵੀ ਇੱਧਰ ਖੜੀ ਹੈ, ਨਾਲ ਚਾਹ ਵੀ ਉਡੀਕ ਦੇ ਵਿੱਚ ਸਾਡੇ ਵਾਸਤੇ, ਚਾਹ ਆ ਗਈ ਹੈ ਜੀ, ਬਹੁਤ ਧੰਨਵਾਦ ਜੀ। ਚਾਹ ਨੂੰ ਵੇਖ ਕੇ ਸਾਨੂੰ ਚਾਹ ਚੜ੍ਹ ਗਿਆ, ਅਤੇ ਚਾਚਾ ਜੀ ਤੁਸੀਂ ਵੀ ਚਾਹ ਕਿ ਨਹੀਂ? ਨਹੀਂ ਨਹੀਂ ਚਾਚਾ ਜੀ, ਚਾਚਾ ਨੇ ਚਾਹ, ਸੋ ਚਾਹ ਵਾਲੇ ਆਪਾਂ ਹੀ ਆ, ਡਾਕਟਰ ਨੇ ਤਾਂ ਉਹ ਨਹੀਂ ਕਰਦਾ, ਗਰਮੀ ਨੂੰ ਕੱਟ ਲਈ ਹੈ। ਹਾਂਜੀ ਹਾਂਜੀ, ਸੋ ਇਹ ਦੇਖੇ ਕਾਫੀ ਲੰਗਰ ਆ। ਹਾਂਜੀ, ਬਹੁਤ ਹੀ ਵਧੀਆ ਤਰੀਕੇ ਦਾ, ਮਤਲਬ ਫਿਰ ਲੰਗਰ ਖਾਣ ਵਾਸਤੇ ਬੈਠਣ ਦਾ ਵੀ ਪ੍ਰਬੰਧ ਆ, ਇਹ ਬੇਸਿਕਲੀ ਲੰਗਰ ਦਾ ਤੇ ਪ੍ਰਬੰਧ ਬਹੁਤ ਥਾਵਾਂ 'ਤੇ ਹੁੰਦਾ। ਸੋ ਕੁੱਲ ਮਿਲਾ ਕੇ ਬਹੁਤ ਵਧੀਆ ਮਾਹੌਲ ਹੈ, ਵਧੀਆ ਔਰਗਨਾਈਜ਼ ਜਿਹਾ ਸਾਨੂੰ ਇਹ ਜਿਹੜਾ ਟੂਰਨਾਮੈਂਟ ਅੱਜ ਦਾ ਖੇਡ ਮੇਲਾ ਲੱਗਿਆ। ਇੱਕ ਹੱਥ 'ਚ ਕੋਕ ਆ ਗਿਆ, ਚਾਹ ਆ ਗਿਆ, ਇਹ ਕੋਈ ਸੱਜਣ ਪਿਆਰ ਨਾਲ ਫੜਾ ਗਏ ਸੀ ਅਤੇ ਉਹਨਾਂ ਕੋਲੋਂ ਫੜ ਲਿਆ, ਪਰ ਪੀਣੀ ਆਪਾਂ ਚਾਹ ਹੀ ਆ। ਸੋ ਕੁੱਲ ਮਿਲਾ ਕੇ ਅੱਜ ਦਾ ਮੇਲਾ ਵਧੀਆ ਰਿਹਾ, ਸਾਡੇ ਲਈ ਯਾਦਗਾਰੀ ਸੀ, ਸਾਡਾ ਆਊਟ ਆਫ ਪਲੈਨ ਸੀਗਾ, ਇੱਕਦਮ ਆਉਣ ਦਾ ਸਵੱਬ ਨਹੀਂ ਸੀ, ਪਰ ਹੁਣ ਆ ਕੇ ਲੱਗਦਾ ਵੀ ਵਧੀਆ ਕੀਤਾ ਸੀ। ਅੱਜ ਇੱਥੇ ਪਹੁੰਚ ਕੇ ਬਹੁਤ ਸਾਰੇ ਪ੍ਰਾਈਮ ਏਸ਼ੀਆ ਟੀਵੀ ਨੂੰ ਪਿਆਰ ਕਰਨ ਵਾਲੇ ਸੱਜਣਾ ਮਿੱਤਰ ਮਿਲੇ, ਬਹੁਤ ਉਹਨਾਂ ਵੱਲੋਂ ਸਨੇਹ ਦਿੱਤੇ ਗਏ, ਪਿਆਰ ਵੀ ਦਿੱਤਾ ਗਿਆ, ਜਿਹੜੀਆਂ ਸਲਾਹਾਂ ਵੀ ਦਿੱਤੀਆਂ ਗਈਆਂ ਸਾਰੀਆਂ ਸਿਰ ਮੱਥੇ ਪਰਵਾਣ। ਕੋਸ਼ਿਸ਼ ਕਰਾਂਗੇ ਉਹਨਾਂ ਦੀ ਸਾਰਿਆਂ ਨੂੰ ਅਸੀਂ ਸੰਭਾਲ ਕੇ ਰੱਖਣ ਦੀ। ਸੋ ਅੱਜ ਦੇ ਖੇਡ ਮੇਲੇ ਤੋਂ ਨਾਲ ਅਸੀਂ ਹੁਣ ਅਗਲੇ ਬੰਨੇ ਦੀ ਕਾਰਵਾਈ ਪਾਵਾਂਗੇ, ਹੁਣ ਅਸੀਂ ਅਗਲੇ ਸ਼ਹਿਰ ਨੂੰ ਵੀ ਵਧਣਾ ਅਤੇ ਤੁਹਾਨੂੰ ਯਾਤਰਾ ਦੇ ਨਾਲ ਹੀ ਲੈ ਕੇ ਚੱਲਾਂਗੇ। ਲਓ ਜੀ, ਅਸੀਂ ਉੱਥੇ ਮੇਲੇ 'ਚੋਂ ਹੁਣ ਆ ਗਏ ਹਾਂ ਸਿਨਸਿਨਾਟੀ ਪ੍ਰੀਮੀਅਮ ਆਊਟਲੈਟਸ। ਇਹ ਕਾਫੀ ਵੱਡੇ ਸਟੋਰ ਹੈਗੇ ਆ, ਇੱਥੇ ਹਰ ਤਰ੍ਹਾਂ ਦੇ, ਜਿਹੜੇ ਲੋਕਾਂ ਨੂੰ ਪਤਾ ਵੀ ਆਊਟਲੈਟ ਸਟੋਰ ਕਿਹੋ ਜਿਹੇ ਹੁੰਦੇ ਆ, ਉਹਨਾਂ ਨੂੰ ਤਾਂ ਪਤਾ ਆ, ਪਰ ਜਿਨ੍ਹਾਂ ਨੂੰ ਨਹੀਂ ਪਤਾ ਉਹ ਇਹ ਆ ਕਿ ਬਹੁਤ ਵੱਡੇ ਸ਼ੋਪਿੰਗ ਮਾਲ ਜਿੱਥੇ ਤੁਹਾਨੂੰ ਡੀਲਾਂ ਸੇਲਾਂ ਬਹੁਤ ਮਿਲ ਜਾਂਦੀਆਂ, ਬੈਟਰ ਪ੍ਰਾਈਸ ਹੁੰਦੀ ਆ ਆਊਟਲੈਟ ਸਟੋਰਾਂ ਦੇ ਵਿੱਚ ਦੈਨ ਅਦਰ, ਨਾਲੇ ਇੱਕੋ ਹੀ ਕਹਿ ਲਓ ਜਗ੍ਹਾ ਦੇ ਉੱਤੇ ਸਾਰੇ ਮਿਲ ਜਾਂਦੇ ਆ, ਜਿਹੜੇ ਮੇਜਰ ਬ੍ਰਾਂਡ ਹੈਗੇ ਜਿਹੜੇ ਲੈਣਾ ਚਾਹੁੰਦੇ ਆ। ਸਿਨਸਿਨਾਟੀ ਪ੍ਰੀਮੀਅਮ ਆਊਟਲੈਟਸ ਅੱਜ ਅਸੀਂ ਗੱਡੀ 'ਚ ਚੱਲਦੇ ਚੱਲਦੇ ਨਾ
ਤੁਹਾਨੂੰ ਜਾਣਕਾਰੀਆਂ ਦੇਣੀਆਂ, ਤੁਹਾਡੇ ਨਾਲ ਬਾਤਾਂ ਪਾਉਣੀਆਂ, ਸਾਂਝਾਂ ਪਾਉਣੀਆਂ, ਗੱਲਾਂ ਬਾਤਾਂ ਕਰਨੀਆਂ ਨੇ ਇੰਡੀਅਨ ਐਪਲਸ ਦੀਆਂ, ਕਿਉਂਕਿ ਇੰਡੀਅਨ ਐਪਲਸ ਦੇ ਵਿੱਚ ਭਾਈਚਾਰਾ ਵੱਡੀ ਗਿਣਤੀ ਦੇ ਵਿੱਚ ਹੁਣ ਰਹਿ ਰਿਹਾ। ਪਿਛਲੇ ਕੁਝ ਕੁ ਸਮੇਂ ਤੋਂ ਵਾਹਵਾ ਜਿਹੜੇ ਆਪਣੇ ਲੋਕ ਨੇ ਜਿਹੜੇ ਲਾਗੇ ਬੰਨੇ ਵੱਡੇ ਸ਼ਹਿਰਾਂ 'ਚ ਰਹਿੰਦੇ ਸੀ, ਉਹ ਕੋਵਿਡ ਤੋਂ ਪ੍ਰਭਾਵਿਤ ਹੋ ਕੇ ਜਾਂ ਕੋਵਿਡ ਦੇ ਸਮੇਂ ਦੇ ਦੌਰਾਨ ਕਹਿ ਲਈਏ, ਉਹ ਇੰਡੀਅਨ ਐਪਲਸ ਦੇ ਵਿੱਚ ਜਾਂ ਨਾਲ ਇਹਦੇ ਸਿਨਸਿਨਾਟੀ ਦੇ ਵਿੱਚ ਮੂਵ ਹੋਏ, ਉਹਦੇ ਵੱਖੋ ਵੱਖ ਕਾਰਨ ਨੇ। ਹੁਣ ਉਹ ਸਾਰੇ ਕੁਛ ਬਾਰੇ ਸਾਡੇ ਨਾਲ ਖਟਕਰ ਸਾਹਿਬ ਨੇ, ਅਸੀਂ ਉਹਨਾਂ ਨਾਲ ਡਿਟੇਲ ਸਾਂਝਾ ਪਾਉਣੀਆਂ ਨੇ ਕਿ ਬਈ ਕੀ ਇੱਥੋਂ ਦੇ ਮੁੱਖ ਕਿੱਤੇ ਨੇ, ਭਾਈਚਾਰਾ ਕਿਹੜਿਆਂ ਕੰਮਾਂ ਦੇ ਵਿੱਚ ਆ, ਕੀ ਪੁਜੀਸ਼ਨ ਅੱਜ ਭਾਈਚਾਰੇ ਦੀ, ਪੋਲੀਟੀਕਲੀ ਤੌਰ 'ਤੇ ਕਿੰਨੇ ਕੁ ਸਟਰੋਂਗ ਨੇ, ਟਰੱਕਾਂ ਦੇ ਵਿੱਚ ਕਿੰਨੇ ਕੁ, ਖੇਤੀ ਵਾਲੇ ਕੰਮਾਂ 'ਚ ਕਿੰਨੇ ਕੁ, ਕੰਸਟਰਕਸ਼ਨ ਵਾਲਿਆਂ 'ਚ ਕਿੰਨੇ ਕੁ, ਹੋਰ ਵੇਅਰ ਹਾਊਸਾਂ ਦੇ ਵਿੱਚ ਕਿੰਨੇ ਆ। ਸੋ ਸਾਰੀਆਂ ਗੱਲਾਂ ਬਾਤਾਂ ਅਤੇ ਕੁਛ ਤੱਥ ਜਿਹੜੇ ਇੰਡੀਅਨ ਐਪਲਸ ਨਾਲ ਸੰਬੰਧਿਤ ਨੇ ਕਿ ਭਾਈਚਾਰਾ ਕਿੰਨੀ ਗਿਣਤੀ 'ਚ ਆ, ਕਦੋਂ ਤੋਂ ਰਹਿ ਰਿਹਾ, ਕਿਵੇਂ ਦੇ ਮੇਲੇ ਹੁੰਦੇ ਨੇ ਜਾਂ ਕਿਵੇਂ ਦੀ ਗੱਲਬਾਤ ਹੁੰਦੀ ਆ, ਉਹ ਸਾਰੇ ਕੁਛ ਬਾਰੇ ਆਪਾਂ ਬਾਤਾਂ ਪਾਵਾਂਗੇ। ਤੁਹਾਡਾ ਪ੍ਰਾਈਮ ਏਸ਼ੀਆ ਟੀਵੀ 'ਤੇ ਬਹੁਤ ਸਵਾਗਤ। ਤੁਸੀਂ ਅਮਨ ਭਾਅ ਜੀ ਦੇ ਚਾਚਾ ਜੀ ਹੋ ਅਤੇ ਸਾਡੇ ਸਾਰਿਆਂ ਦੇ ਵੀ ਚਾਚਾ ਜੀ ਲੱਗੇ ਵੀ, ਤੁਹਾਨੂੰ ਸਾਰਿਆਂ ਨੂੰ ਆਇਆਂ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ, ਅਤੇ ਜਿੰਨੇ ਵੀ ਪ੍ਰਾਈਮ ਏਸ਼ੀਆ ਦੇਖਦੇ, ਮੈਂ ਸਾਰਿਆਂ ਸਰੋਤਿਆਂ ਨੂੰ ਵੀ ਆਪਣੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਹਿੰਦਾ। ਬਿਲਕੁਲ ਠੀਕ ਹੈ ਜੀ, ਅਸੀਂ ਇਹ ਨਾ ਸੋਚਿਓ ਕਿ ਅਸੀਂ ਅਨਕੰਫਰਟੇਬਲ ਬੈਠੇ ਹਾਂ, ਅਸੀਂ ਬਹੁਤ ਕੰਫਰਟੇਬਲ ਹਾਂ ਕਿਉਂਕਿ ਗੱਲਾਂ ਬਾਤਾਂ ਬਹੁਤ ਕੰਫਰਟੇਬਲ ਵਾਲੀਆਂ ਚੱਲਦੀਆਂ ਪਈਆਂ ਸੀ। ਸੋ ਚਾਚੀ, ਕਿੰਨਾ ਚਿਰ ਹੋ ਗਿਆ ਤੁਹਾਨੂੰ ਇੱਥੇ ਇੰਡੀਅਨ ਐਪਲਸ 'ਚ ਰਹਿੰਦੇ? ਇੱਥੇ ਸਾਨੂੰ, ਅਸੀਂ ਸੰਨ 2014 'ਚ ਆਏ ਸੀ ਜੀ ਇੱਥੇ ਇੰਡੀਅਨ ਐਪਲਸ ਦੇ ਵਿੱਚ। ਪਹਿਲਾਂ ਤਾਂ ਆਪਣੀ ਆਬਾਦੀ ਵੀ ਬੜੀ ਹਿਸਾਬ ਕਿਤਾਬ ਦੀ ਸੀ, ਬਹੁਤ ਥੋੜ੍ਹੇ ਬੰਦੇ ਸੀ। ਅੱਛਾ। ਪਰ ਹੁਣ 2-2.5 ਸਾਲ ਤੋਂ ਤਾਂ ਵਾਹਿਗੁਰੂ ਦੀ ਕਿਰਪਾ ਹੋਈ ਆ, ਖਾਸਾ ਸੰਗਤ ਜੋੜਨ ਲੱਗ ਪਈ ਆ। ਅਤੇ ਜਦੋਂ 14 ਦੇ ਵਿੱਚ ਆਏ, ਹੁਣ ਤਕਰੀਬਨ ਵੇਖੋ 8 ਸਾਲ ਇਸ ਚੀਜ਼ ਨੂੰ ਹੋ ਗਏ, ਅਤੇ ਬਹੁਤ ਸਾਰੀਆਂ ਚੀਜ਼ਾਂ ਨੇ 8 ਸਾਲਾਂ 'ਚ ਚੇਂਜ ਹੋਈਆਂ, ਜਿਵੇਂ ਭਾਈਚਾਰਾ ਵਧਿਆ ਹੋਊਗਾ, ਕੰਮਾਂ ਕਾਰਾਂ ਦਾ ਢੰਗ ਤਰੀਕਾ ਵੀ ਬਦਲਿਆ ਹੋਊਗਾ। ਮੁੱਖ ਤੌਰ ਦੇ ਉੱਤੇ ਆਪਣੀ ਇੱਥੇ ਆਬਾਦੀ, ਜਿਹੜਾ ਭਾਈਚਾਰਾ ਆ, ਉਹ ਕਿਹੜੇ ਕੰਮਾਂ ਕਾਰਾਂ 'ਚ ਜ਼ਿਆਦਾ ਇਨਵੋਲਵ ਆ ਜੀ? ਤਕਰੀਬਨ ਜਿਹੜੇ ਤਾਂ ਸਾਡੇ ਵਰਗੇ ਆ ਬੰਦੇ, ਉਹ ਤਾਂ ਵੇਅਰ ਹਾਊਸਾਂ ਜੋਗੇ ਹੈਗੇ ਆ। ਕੰਮ ਹਰੇਕ ਨੂੰ ਇੱਥੇ ਜਿੱਦਾਂ ਦਾ ਬੰਦਾ ਉੱਦਾਂ ਦਾ ਮਿਲ ਜਾਂਦਾ ਆ। ਬਾਕੀ ਜਿਹੜੇ ਸਾਡੇ ਆਪਣੇ ਯੰਗ ਮੁੰਡੇ ਆ, ਟਰੱਕਾਂ ਦੇ ਵਿੱਚ, ਕਿਸੇ ਨੇ ਗੈਸ ਸਟੇਸ਼ਨ ਲਏ, ਆਪਣੇ ਬਿਜ਼ਨਸ ਸ਼ੁਰੂ ਕੀਤੇ ਹੋ ਆ, ਤਾਂ ਸੋਹਣਾ ਵਧੀਆ ਕਾਰੋਬਾਰ ਕਰਦੇ ਆ, ਤਾਂ ਏਰੀਆ ਵੀ ਬਹੁਤ ਵਧੀਆ ਆ ਇਹ ਰਹਿਣ ਸਹਿਣ ਲਈ। ਹਾਂਜੀ, ਕੀ ਕਾਰਨ ਸੀਗਾ ਕਿ ਇਹ ਪਿਛਲੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਲੋਕ ਇੱਧਰ ਨੂੰ ਇਸ ਸ਼ਹਿਰ ਦੇ ਵਿੱਚ ਆਏ? ਕਿਉਂਕਿ ਜੋ ਸੁਣਨ ਨੂੰ ਮਿਲਦਾ ਸੀਗਾ ਕਿ ਬਈ ਨਿਊਯਾਰਕ ਤੋਂ ਬਹੁਤ ਲੋਕ ਇੱਧਰ ਆ ਕੇ ਮੂਵ ਹੋਏ, ਉਸ ਤੋਂ ਬਾਅਦ ਸ਼ਿਕਾਗੋ ਤੋਂ ਕਾਫੀ ਆਏ, ਕੈਲੀਫੋਰਨੀਆ ਵੱਲੋਂ ਵੀ ਸੁਣਿਆ, ਮੁੱਖ ਕਾਰਨ ਕੀ ਰਹੇ ਇਸ ਚੀਜ਼ ਦੇ? ਮੁੱਖ ਕਾਰਨ ਤਾਂ ਜਿਹੜਾ ਕੋਵਿਡ-19 ਜਿਹੜਾ ਸੀ, ਇਹਦਾ ਹੀ ਜ਼ਿਆਦਾ ਪ੍ਰਭਾਵ ਸੀ ਸ਼ਹਿਰਾਂ ਦੇ ਵਿੱਚ, ਕਿਉਂਕਿ ਸੰਘਣੀ ਆਬਾਦੀ ਵਾਲੇ ਸ਼ਹਿਰ ਸੀ ਨਿਊਯਾਰਕ, ਸ਼ਿਕਾਗੋ, ਹੋਰ ਉੱਥੇ ਇਹਦਾ ਪ੍ਰਭਾਵ ਵੀ ਬਹੁਤ ਸੀ, ਮੌਤਾਂ ਵੀ ਬਹੁਤ ਹੋਈਆਂ। ਫਿਰ ਕਿਉਂਕਿ ਆਪਣੇ ਭਾਈਚਾਰੇ ਦੇ ਵਿੱਚ ਤਾਂ ਇੱਦਾਂ ਹੁੰਦਾ ਹੀ ਆ ਵੀ ਜਿੱਥੇ ਕੋਈ ਰਿਸ਼ਤੇਦਾਰ ਸੇਫ ਜਗ੍ਹਾ ਬੈਠਾ, ਇੱਕ ਦੂਜੇ ਨੂੰ ਸੱਦਦੇ ਆ ਵੀ ਭਾਈ ਤੂੰ ਇੱਥੇ ਆ ਜਾ, ਵੀ ਇੱਦਾਂ ਦਾ ਕੰਮ ਹੈਗਾ ਖਰਾਬ, ਫਿਰ ਤੂੰ ਸਾਡੇ, ਫਿਰ ਜਿਸ ਵੇਲੇ ਬੰਦੇ ਆਉਂਦੇ ਸੀ ਇੱਥੇ ਦਾ ਇਨਵਾਇਰਮੈਂਟ ਦੇਖਿਆ, ਖੁੱਲ੍ਹ ਰਹੀ ਦੇਖੀ, ਬਾਕੀ ਥੋੜ੍ਹਾ ਚੀਫ ਵੀ ਸੀਗਾ ਬਾਕੀ ਏਰੀਏ ਨਾਲੋਂ, ਤਾਂ ਤਕਰੀਬਨ ਮੈਨੂੰ ਲੱਗਦਾ ਵੀ ਜਿੰਨੇ ਕੁ ਆਇਆ ਮੁੜ ਕੇ ਜਾਣ ਨੂੰ ਕੋਈ ਤਿਆਰ ਨਹੀਂ ਹੋਇਆ, ਉਹ ਨਹੀਂ ਇੱਥੇ ਹੀ ਲੈ ਲਿਆ ਪਲਾਟ ਇੱਥੇ ਲੱਗ ਗਏ, ਕਿਉਂਕਿ ਅਸੀਂ ਦੇਖਦੇ ਦੇਖਦੇ ਸਾਡੇ ਆਲੇ ਦੁਆਲੇ ਖੇਤ ਖੇਤ ਹੁੰਦਾ ਸੀ, ਤਾਂ ਹੁਣ ਆਲੇ ਦੁਆਲੇ ਪੰਜਾਬੀ ਪੰਜਾਬੀ ਹੋਣ ਲੱਗ ਪਿਆ। ਵਧੀਆ, ਖੁਸ਼ ਹੋ ਇਸ ਚੀਜ਼ ਤੋਂ? ਅਸੀਂ ਤਾਂ ਆਪ ਖੁਸ਼ ਹਾਂ ਵੀ ਕਿਉਂਕਿ ਸਾਡਾ ਭਾਈਚਾਰਾ ਵਧਿਆ, ਤਾਂ ਉਹਦੇ ਨਾਲ ਸਾਨੂੰ ਵੀ ਮਾਣ ਵਾ ਬਹੁਤ ਜ਼ਿਆਦਾ। ਵਧਣ ਦੇ ਕਾਰਨ ਕੀ, ਤੁਸੀਂ ਜਿਵੇਂ ਤੁਸੀਂ ਦੱਸਿਆ ਘਰ ਘੁਰ ਸਸਤੇ ਆ, ਕਿੰਨੇ ਕੁ ਸਸਤੇ ਆ ਘਰ, ਜੇ ਐਵਰੇਜ ਘਰ ਦੀ ਕੀਮਤ ਦਾ ਅੰਦਾਜ਼ਾ ਲਾਉਣਾ ਹੈ ਕਿ ਵੀ ਇੱਥੇ $9,00,000 ਦਾ ਮਿਲ ਜਾਂਦਾ, ਉਹ ਕੀ ਹੋਊਗਾ? ਉਹ ਤਾਂ ਇੱਦਾਂ ਦੇਖੋ ਵੀ ਨਿਊਯਾਰਕ ਤਾਂ ਬਹੁਤ ਕੋਸਟਲੀ ਆ ਜਾਂ ਸ਼ਹਿਰਾਂ ਦੇ ਵਿੱਚ ਵੱਡਿਆਂ 'ਚ, ਇੱਥੇ ਜੇ ਕਿਸੇ ਨੇ ਵਧੀਆ ਸਟੈਂਡਰਡ ਦਾ ਵੀ ਘਰ ਲੈਣਾ ਹੋਵੇ ਤਾਂ  6-7 ਲੱਖ ਦਾ ਸਟੈਂਡਰਡ ਦਾ ਮਿਲ ਜਾਂਦਾ, ਆਮ ਜੇ ਸਟਾਰਟਿੰਗ ਹੀ ਲੈਣੀ ਹੋਵੇ ਤਾਂ 2-2.5-3 ਤੋਂ ਵੀ ਸ਼ੁਰੂ ਹੋ ਜਾਂਦੀ ਆ, 2-3 ਦਾ ਘਰ ਬੰਦੇ ਨੂੰ ਰਹਿਣ ਨੂੰ ਮਿਲ ਜਾਂਦਾ, ਆਰਾਮ ਨਾਲ ਰਹਿਣ ਨੂੰ ਮਿਲ ਜਾਂਦਾ ਆ। ਤਾਂ ਬਾਕੀ ਕੰਮ ਦੀ ਕੋਈ ਗੱਲ ਨਹੀਂ, ਵੀ ਕੰਮ ਜਿਸ ਵੇਲੇ ਅਸੀਂ ਆਏ ਸੀ ਉਸ ਵੇਲੇ ਸਿਰਫ 2-4 ਵੇਅਰ ਹਾਊਸ ਹੁੰਦੇ ਸੀ, ਪਰ ਹੁਣ ਤਾਂ ਪਤਾ ਨਹੀਂ ਰੱਬ ਦੀ ਮਿਹਰ ਦੇ ਨਾਲ ਕਿੰਨੇ ਕੁ ਵੇਅਰ ਹਾਊਸ ਬਣ ਗਏ ਆ, ਵੀ ਕੋਈ ਬੰਦਾ ਜੇ ਕੰਮ ਕਰਨ ਵਾਲਾ ਹੋਵੇ ਇੱਥੇ ਵਿਹਲਾ ਨਹੀਂ ਰਹਿ ਸਕਦਾ। ਅੱਛਾ ਜੀ, ਹਾਂਜੀ, ਬਿਲਕੁਲ ਠੀਕ ਹੈ। ਤੁਹਾਨੂੰ ਦੱਸ ਦਈਏ ਕਿ ਕੋਰੋਨਾ ਦਾ ਜੇਕਰ ਕੋਵਿਡ ਦਾ ਅਮਰੀਕਾ ਦੇ ਵਿੱਚ ਸਭ ਤੋਂ ਜ਼ਿਆਦਾ ਪ੍ਰਭਾਵ ਕਿਤੇ ਪਿਆ ਸੀ ਨਾ, ਅਤੇ ਉਹ ਨਿਊਯਾਰਕ ਦੇ ਵਿੱਚ ਸੀ, ਜੇ ਸਭ ਤੋਂ ਜ਼ਿਆਦਾ ਰਿਕਾਰਡ ਜਿਹੜੀਆਂ ਮੌਤਾਂ ਦੀ ਗਿਣਤੀ ਹੋਈ ਆ ਉਹ ਨਿਊਯਾਰਕ ਦੇ ਵਿੱਚ ਅਮਰੀਕਾ ਦੇ ਵਿੱਚੋਂ ਹੋਈ, ਕਿਉਂਕਿ ਸੰਘਣਾ ਇਲਾਕਾ, ਲੋਕ ਬਿਲਡਿੰਗਸ ਦੇ ਵਿੱਚ ਰਹਿੰਦੇ ਸੀ, ਲੋਕਾਂ ਦਾ ਇੱਕ ਦੂਜੇ ਨਾਲ ਸੰਪਰਕ ਬਹੁਤ ਜ਼ਿਆਦਾ ਸੀ, ਜਿਹਦਾ ਕਾਰਨ ਆ ਕਿ ਜਿਹੜੇ ਨੇੜੇ ਇੱਦਾਂ ਦੇ ਸ਼ਹਿਰ ਨੇ ਉਹਨਾਂ ਦੇ ਵਿੱਚ ਫਿਰ ਵਸੋਂ ਸਾਰਿਆਂ ਦੇ ਵਿੱਚ ਹੀ ਬਹੁਤ ਵਧੀ, ਇੱਕ ਤਾਂ ਮਹਿੰਗੇ ਘਰ ਵੇਚ ਕੇ ਸਸਤੇ ਨਾਲ ਇੱਧਰ ਘਰ ਮਿਲ ਜਾਂਦੇ ਰਹਿਣ ਨੂੰ, ਬੰਦਾ ਨਾਲ ਕੋਈ ਕੰਮ ਕਾਰ ਬਿਜ਼ਨਸ ਵੀ ਖਰੀਦ ਲੈਂਦਾ, ਉਹਦੇ ਨਾਲ ਬੰਦੇ ਦੀ ਜ਼ਿੰਦਗੀ ਸੌਖੀ ਹੋ ਜਾਂਦੀ ਆ, ਫਿਰ ਜਦੋਂ ਬੰਦਾ ਦੋਵਾਂ ਚੀਜ਼ਾਂ ਨੂੰ ਤਕੜੀ 'ਤੇ ਤੋਲਦਾ ਤਾਂ ਫਿਰ ਬੰਦਾ ਵਹਿੰਦਾ ਵੀ ਕਿਉਂ ਨਾ ਇਹਨਾਂ ਸ਼ਹਿਰਾਂ ਦੇ ਵਿੱਚ ਆ ਕੇ ਜ਼ਿੰਦਗੀ ਥੋੜ੍ਹੀ ਸਿਖਾਲੀ ਕਰੀਏ, ਰੈਦਰ ਦੈਨ ਕਿ ਵੱਡਿਆਂ ਸ਼ਹਿਰਾਂ 'ਚ ਰਹਿ ਕੇ ਵੱਡੇ ਬਿੱਲ ਭਰਨੇ। ਕਿੰਨੀ ਕੁ ਆਬਾਦੀ ਖਟਕਰ ਸਾਹਿਬ ਹੋਏਗੀ ਜੀ ਇੰਡੀਅਨ ਪੋਲਿਸੀ ਦੇ ਵਿੱਚ ਆਪਣੇ ਕਮਿਊਨਿਟੀ ਦੀ, ਆਪਣੇ ਭਾਈਚਾਰੇ ਦੀ? ਮੈਨੂੰ ਲੱਗਦਾ ਵੀ ਇੱਦਾਂ ਤਾਂ ਮੌਕੇ ਪੂਰਾ ਸ਼ੋਰ ਨਹੀਂ ਪਈ ਕਿੰਨੀ, ਅੰਦਾਜ਼ਾ
ਤਾਂ ਟਰੱਕਾਂ ਦੀ ਹੱਬ ਸੈਂਟਰ ਜਿਹਾ ਪੈਣ ਕਰਕੇ ਤਾਂ ਇੱਥੇ ਹੋਰ ਵੀ ਜ਼ਿਆਦਾ ਜਨਤਾ ਇੱਥੇ ਨੂੰ ਆਉਣ ਨੂੰ ਤਿਆਰ ਲੱਗ ਜਾਂਦੀ ਕਿਉਂਕਿ ਬਿਲਕੁਲ ਜਦੋਂ ਅਸੀਂ ਜਦੋਂ ਸਫ਼ਰ ਵੀ ਕਰਦੇ ਸੀ ਨਾ ਅਸੀਂ ਰਸਤੇ ਦੇ ਵਿੱਚ ਵੀ ਗੱਲ ਕਰਦੇ ਸੀ ਵੀ ਜੇ ਨਕਸ਼ੇ ਅਤੇ ਜੋਗ੍ਰਾਫਿਕਲੀ ਦੇਖੀਏ ਨਾ ਤਾਂ ਇਹ ਬਹੁਤ ਚੀਜ਼ਾਂ ਦਾ ਸੈਂਟਰ ਜਿਹਾ ਪੈ ਜਾਂਦਾ ਹੈ ਇੱਧਰਲੇ ਬੰਨੇ ਟੋਰੋਂਟੋ ਨੇੜੇ ਸ਼ਿਕਾਗੋ ਨੇੜੇ ਨਿਊਯਾਰਕ ਨੇੜੇ ਵਾਸ਼ਿੰਗਟਨ ਨੇੜੇ ਬੜੇ ਵੱਡੇ ਵੱਡੇ ਸ਼ਹਿਰ ਨੇ ਟੈਕਸਸ ਨੂੰ ਸਿੱਧਾ ਵੱਡਾ ਰੂਟ ਜਾਂਦਾ ਨਾ ਟੋਰੋਂਟੋ ਨੂੰ ਤਕਰੀਬਨ ਜਿੰਨੇ ਇੱਧਰ ਆਪਣੇ ਟਰੱਕ ਡਰਾਈਵਰ ਭਾਈਚਾਰਾ ਜਾਂਦਾ ਉਹ ਸਿਨਸਿਨਾਟੀ ਜਾਂ ਫਿਰ ਇੱਧਰੋਂ ਇੰਡੀਅਨਐਪਲਿਸ ਤੋਂ ਹੋ ਕੇ ਹੀ ਗਾਂਹ ਜਾਂਦੇ ਨੇ ਤਾਂ ਉਹਦਾ ਇੱਕ ਅਸਰ ਬਹੁਤ ਵੱਡੇ ਲੈਵਲ 'ਤੇ ਪੈਂਦਾ ਸੋ ਟਰੈਕਿੰਗ ਦੇ ਵਿੱਚ ਵੀ ਫਿਰ ਵਾਹਵਾ ਹੀ ਆਪਣਾ ਭਾਈਚਾਰਾ ਹੋਊਗਾ ਜਿਹੜਾ ਇੱਥੇ ਰਹਿੰਦਾ ਹੋਊ ਹਾਂਜੀ ਟਰੈਕਿੰਗ ਦੇ ਵਿੱਚ ਬਹੁਤ ਭਾਈਚਾਰਾ ਆਪਣਾ ਹੈਗਾ ਵੱਡੇ ਵੱਡੇ ਟਰੱਕਾਂ 'ਚ ਪਾਇਓ ਆ ਵੇਅਰ ਹਾਊਸ ਦੂਜਾ ਵਧੀਆ ਕੰਮ ਕਰਦੇ ਆ ਅੱਛਾ ਜੀ ਹਾਂਜੀ ਹਾਂਜੀ ਬਾਕੀ ਇੱਕ ਮੈਂ ਤੁਹਾਡੇ ਮੀਡੀਅਮ ਰਾਹੀਂ ਮੈਂ ਕਹਿਣਾ ਚਾਹੁੰਦਾ ਵੀ ਸਾਨੂੰ ਨਾ ਸਾਡੇ ਭਾਈਚਾਰੇ ਨੂੰ ਕੋਸ਼ਿਸ਼ ਕਰਨੀ ਚਾਹੀਦੀ ਆ ਵੀ ਹੁਣ ਜਿਹੜਾ ਸਾਡਾ ਜਿਹੜਾ ਏਅਰਪੋਰਟ ਆ ਨਾ ਇੱਥੋਂ ਇੰਟਰਨੈਸ਼ਨਲ ਫਲਾਈਟਾਂ ਦੀ ਕਿਸੇ ਤਰ੍ਹਾਂ ਸਰਕਾਰਾਂ ਤੋਂ ਮੰਗ ਕਰਨ ਅੱਛਾ ਜੀ ਕਿਉਂਕਿ ਇਹ ਸਾਨੂੰ ਪ੍ਰੋਬਲਮ ਬਹੁਤ ਜ਼ਿਆਦਾ ਆਉਂਦੀ ਆ ਕਿ ਸਾਨੂੰ ਕਈ ਵਾਰ ਇੰਡੀਆ ਨੂੰ ਜਾਣਾ ਸ਼ਿਕਾਗੋ ਤੋਂ ਫੜਦੀ ਆ ਕਦੇ ਨਿਊਯਾਰਕ ਤੋਂ ਫੜਦੇ ਹਾਂ ਤਾਂ ਇੱਥੇ ਡੋਮੈਸਟਿਕ ਹੀ ਆ ਇੱਕ ਪਹਿਲਾਂ ਚੱਲੀ ਸੀ ਕੋਵਿਡ-19 ਤੋਂ ਪਹਿਲਾਂ ਸਪੇਨ ਏਅਰਲਾਈਨ ਕਿਹਦੀ ਸੀ ਉਹ ਫਰਾਂਸ ਏਅਰਲਾਈਨ ਚੱਲੀ ਸੀ ਤਾਂ ਉਹ ਬਹੁਤ ਵਧੀਆ ਸੀ ਸਰਵਿਸ ਪਰ ਉਹ ਕੋਵਿਡ-19 ਆਉਣ ਕਰਕੇ ਬੰਦ ਹੋ ਗਈ ਉਹ ਤੋਂ ਬਾਅਦ ਫਿਰ ਮੁੜ ਕੇ ਚੱਲੀ ਹੀ ਨਹੀਂ ਤਾਂ ਇਸ ਕਰਕੇ ਅਸੀਂ ਕਹਿੰਦੇ ਆਪਣੇ ਭਾਈਚਾਰੇ ਨੂੰ ਵੀ ਉੱਪਰ ਸਰਕਾਰਾਂ ਦੇ ਕੋਲੋਂ ਪੁੱਛ ਪੜਤਾਲ ਕਰਕੇ ਇਸ ਤਰ੍ਹਾਂ ਜੇ ਇਹ ਕੰਮ ਹੋ ਜਾਵੇ ਤਾਂ ਸਾਡੇ ਨਾਲ ਬਹੁਤ ਵਧੀਆ ਗੱਲ ਹੁਣ ਫਿਰ ਸਭ ਤੋਂ ਨੇੜੇ ਅੰਤਰਰਾਸ਼ਟਰੀ ਏਅਰਪੋਰਟ ਜਿਹੜਾ ਸ਼ਿਕਾਗੋ ਦਾ ਪੈਂਦਾ ਸਾਨੂੰ ਸ਼ਿਕਾਗੋ ਦਾ ਪੈਂਦਾ ਜੀ ਉੱਥੇ ਫਿਰ ਜਾਣ ਨੂੰ ਵੀ ਤਕਰੀਬਨ ਬੰਦੇ ਦੀ ਦਿਹਾੜੀ ਫੁੱਟ ਜਾਂਦੀ ਆ 3.5 ਘੰਟੇ ਜਾਣ 3.5 ਆਉਣ ਫਿਰ ਚੜ੍ਹਾ ਕੇ ਆਉਣਾ ਉਹ ਕੰਮ ਵਾਲੇ ਦਾ ਤਾਂ ਇੱਕ ਦਿਨ ਫੁੱਟ ਪੂਰਾ ਪੂਰਾ ਖਰਾਬ ਹੋ ਜਾਂਦਾ ਜੇ ਅਸੀਂ ਲੈ ਕੇ ਜਾਂਦੇ ਹੈਗੇ ਹਾਂ ਡੋਮੈਸਟਿਕ ਫੜ ਕੇ ਉੱਥੋਂ ਫੜਦੇ ਹਾਂ ਤਾਂ ਇਹਨਾਂ ਦੇ ਵਿੱਚ ਆਪਣਾ ਅਟੈਚ ਹੀ ਨਹੀਂ ਜਾਂਦੇ ਅੱਛਾ ਜੀ ਉਹ ਇੱਕ ਟੋਕਰ ਵੱਖਰੇ ਲੈਣੇ ਪੈਂਦੇ ਵੱਖਰੇ ਪੈਸੇ ਉਹਨਾਂ ਦੇ ਵੱਖਰੇ ਲੱਗਦੇ ਆ ਅਤੇ ਜਿਹੜੇ ਸਿਨਸਿਨਾਟੀ ਵਾਲੇ ਉਹਨਾਂ ਨੂੰ ਵੀ ਸ਼ਿਕਾਗੋ ਹੀ ਪੈਂਦਾ ਉਹਨਾਂ ਨੂੰ ਵੀ ਸ਼ਿਕਾਗੋ ਹੀ ਪੈਂਦਾ ਹਯਾਵ ਵਾਲੇ ਵੀ ਸ਼ਿਕਾਗੋ ਹੀ ਆਉਂਦੇ ਆ ਕਲੀਵਲੈਂਡ ਦਾ ਤਾਂ ਮੈਨੂੰ ਪਤਾ ਨਹੀਂ ਵੀ ਇੰਟਰਨੈਸ਼ਨਲ ਨਹੀਂ ਹੈਗਾ ਅੱਛਾ ਜੀ ਹਾਂਜੀ ਇੱਥੇ ਲਾਗੇ ਬੰਨੇ ਹੋਰ ਨਿੱਕੇ ਟਾਊਨ ਵੀ ਹੈਗੇ ਜਿੱਥੇ ਆਪਣੇ ਭਾਈਚਾਰੇ ਦੀ ਆਬਾਦੀ ਹੈਗੀ ਆ ਤਕਰੀਬਨ ਜਿੰਨੇ ਕੁ ਟਾਊਨ ਸਾਰਿਆਂ ਦੇ ਵਿੱਚ ਆਪਣਾ ਭਾਈਚਾਰਾ ਤਾਂ ਹੈਗਾ ਹੀ ਆ ਅੱਛਾ ਹਾਂਜੀ ਹਾਂਜੀ ਕੰਟਕੀ ਮਿਸ਼ੀਗਨ ਇਹ ਜੋ ਵੀ ਸ਼ਹਿਰ ਹੈਗੇ ਆ ਇਹਨਾਂ ਦੇ ਵਿੱਚ ਆਪਣਾ ਭਾਈਚਾਰਾ ਸਾਰਾ ਹੀ ਖੇਤੀਬਾੜੀ ਤਕਰੀਬਨ ਅਸੀਂ ਜਦੋਂ ਕੈਨੇਡਾ ਅਮਰੀਕਾ ਦੇ ਵਿੱਚ ਵੇਖਦੇ ਹਾਂ ਕੈਲੀਫੋਰਨੀਆ ਦੇ ਵਿੱਚ ਵੀ ਦੇਖਦੇ ਹਾਂ ਨਾ ਦੋ ਕੰਮ ਨੇ ਜਿਨ੍ਹਾਂ 'ਚ ਭਾਈਚਾਰਾ ਬਹੁਤ ਇਨਵੋਲਵ ਹੁੰਦਾ ਉਹਦੇ ਵਿੱਚ ਸਭ ਤੋਂ ਪਹਿਲੇ ਨੰਬਰ 'ਤੇ ਇਹਦੇ ਖੇਤੀਬਾੜੀ ਆਉਂਦੀ ਸੀ ਪਹਿਲਾਂ ਮਿੱਲਾਂ ਦਾ ਹੁੰਦਾ ਸੀ ਫਿਰ ਖੇਤੀਬਾੜੀ ਦਾ ਆਉਂਦਾ ਫਿਰ ਜਿਹੜਾ ਕੰਸਟਰਕਸ਼ਨ ਦਾ ਆਇਆ ਅਤੇ ਹੁਣ ਟਰੱਕ ਡਰਾਈਵਰ ਨੂੰ ਪਹਿਲ ਮਤਲਬ ਜਿਹੜਾ ਨਵਾਂ ਆਉਂਦਾ ਕੋਈ ਇਸ ਚੀਜ਼ ਨੂੰ ਦਿੰਦਾ ਖੇਤੀਬਾੜੀ ਦਾ ਕਿੰਨਾ ਕੁ ਕੰਮ ਹੈ ਇੱਥੇ ਖੇਤੀਬਾੜੀ ਦੇ ਵਿੱਚ ਆਪਣੇ ਲੋਕ ਤਾਂ ਬਿਲਕੁਲ ਵੀ ਹੈ ਨਹੀਂ ਗੇ ਅੱਛਾ ਕਿਉਂਕਿ ਇੱਥੇ ਨਾ ਸਨੋਅ ਪੈਂਦੀ ਆ ਠੰਡਾ ਮੌਸਮ ਦਾ ਕੁਛ ਨਹੀਂ ਹੁੰਦਾ ਜੀ ਇੱਕੋ ਹੀ ਫਸਲ ਇੱਥੇ ਬੀਜਦੇ ਆ ਸਿਰਫ ਮੱਕੀ ਤਾਂ ਰੋਂਗੀ ਹੁਣ ਜਿਹੜੀ ਇਸ ਵੇਲੇ ਫਸਲ ਬੀਜੀ ਹੋ ਆ ਸਾਡੇ ਬਹੁਤ ਬੀਜੀ ਹੋ ਆ ਤਾਂ ਕੁਛ ਗੋਰਿਆਂ ਨੇ ਆਪਣੇ ਗ੍ਰੀਨ ਹਾਊਸ ਬਣਾ ਕੇ ਤਾਂ ਵਿੱਚ ਸਬਜ਼ੀ ਸੁਬਜ਼ੀ ਜਾਂ ਹੋਰ ਇੱਦਾਂ ਦਾ ਲਾ ਆ ਵੀ ਹੈਗਾ ਆ ਪਰ ਮੇਨ ਇਹਨਾਂ ਦਾ ਸਿਰਫ ਉਹੀ ਆ ਇੱਕ ਮੱਕੀ ਤਾਂ ਰੋਂਗੀ ਫਸਲ ਇਹੀ ਆ ਦੋ ਹੀ ਫਸਲ ਦੋ ਹੀ ਸਾਰਿਆਂ ਨਾਲੋਂ ਜ਼ਿਆਦਾ ਅਮਰੀਕਾ ਦੇ ਵਿੱਚ ਰੋਂਗੀ ਤਾਂ ਮੱਕੀ ਇੱਥੇ ਹੀ ਹੁੰਦੀ ਆ ਇੰਡੀਅਨਐਪਲਿਸ ਦੇ ਵਿੱਚ ਇਹ ਇੱਕੋ ਹੀ ਫਸਲ ਆ ਇੱਕੋ ਟਾਈਮ 'ਤੇ ਹੁੰਦੀ ਆ ਬਸ ਦੋਨੇ ਇੱਕੋ ਟਾਈਮ 'ਤੇ ਬੀਜੀਆਂ ਜਾਂਦੀਆਂ ਅਤੇ ਇੱਕੋ ਟਾਈਮ 'ਤੇ ਵੱਢ ਹੋ ਜਾਂਦੀਆਂ ਬਾਕੀ 4 ਮਹੀਨੇ ਫਿਰ ਖੇਤਾਂ ਦੇ ਵਿੱਚ ਦਿਸਣ ਉਹ ਪਈ ਜਾਂ ਖਾਲੀ ਪਏ ਰਹਿੰਦੇ ਆ ਜੀ ਅੱਛਾ ਜੀ ਹਾਂ ਉਹ ਸਿਰਫ ਗੋਰੇ ਹੀ ਕਰਦੇ ਆ ਜਿਹੜੇ ਪੁਰਾਣੇ ਜ਼ਿਮੀਂਦਾਰ ਇੱਥੇ ਦੇ ਹੈਗੇ ਹੀ ਆ ਕਿਉਂਕਿ ਆਪਣੇ ਬੰਦਾ ਕੋਈ ਅਸੀਂ ਸਾਡੀ ਨਿਗਾਹ 'ਤੇ ਨਹੀਂ ਕੋਈ ਆਇਆ ਅੱਜ ਤੱਕ ਵੀ ਜਿਸ ਨੇ ਕਿਸੇ ਨੇ ਵੀ ਖੇਤੀ ਸ਼ੁਰੂ ਕੀਤੀ ਹੋਵੇ ਅੱਛਾ ਖਟਕੜ ਸਾਹਿਬ ਟਰੱਕ ਦਾ ਲਾਇਸੈਂਸ ਕਿੰਨਾ ਕੁ ਔਖਾ ਬਣਦਾ ਇੱਥੇ ਟਰੱਕ ਦਾ ਲਾਇਸੈਂਸ ਤਾਂ ਜੀ ਔਖਾ ਨਹੀਂ ਹੈਗਾ ਹੁਣ ਤਾਂ ਅੱਗੇ ਤਾਂ ਕੈਲੀਫੋਰਨੀਆ ਜਾਂਦੇ ਹੁੰਦੇ ਸੀ ਲੋਕ ਸਾਡੇ ਅੱਛਾ ਇੱਥੋਂ ਬਣਾਉਣ ਉੱਧਰ ਬਣਾਉਣ ਉੱਥੇ ਜਾਣਾ ਪੜ੍ਹ ਕੇ ਇੱਥੋਂ ਜਾ ਕੇ ਤਾਂ ਉੱਥੇ ਜਾਣਾ ਹੁਣ ਤਾਂ ਸਾਡੇ ਇੱਥੇ 2-3 ਸਕੂਲ ਖੁੱਲ੍ਹ ਗਏ ਆ ਅੱਛਾ ਬਾਕੀ ਆ ਥੋੜ੍ਹੇ ਜਿਹੜੇ ਵੇਅਰ ਹਾਊਸਾਂ ਵਾਲੇ ਵੀ ਆ ਫੈਡਐਕਸ ਵਾਲੇ ਆ ਐਮਾਜੋਨ ਵਾਲੇ ਆ ਉਹ ਕੀ ਕਰਦੇ ਜਿਹੜਾ ਬੰਦਾ ਉਹਦੇ 'ਤੇ ਕੰਮ ਕਰਦਾ ਆ ਹੁਣ ਲਾਇਸੈਂਸ ਲੈਣਾ ਆ ਉਹ ਵੱਖਰੀ ਟ੍ਰੇਨਿੰਗ ਦਿੰਦੇ ਆ ਨਾਲੇ ਪੈਸੇ ਵੀ ਦਿੰਦੇ ਆ ਕੋਈ ਉਹਦਾ ਚਾਰਜ ਵੀ ਨਹੀਂ ਮੰਗਦੇ ਉਹ ਕਹਿੰਦੇ ਅਸੀਂ ਤੁਹਾਨੂੰ ਸਾਰਾ ਕੁਛ ਦੇਵਾਂਗੇ ਜੇ ਤੁਸੀਂ ਸਾਡੇ ਥਰੂ ਲੈਣਾ ਆ ਪਰ ਜਿਹੜਾ ਉਹਨਾਂ ਦਾ ਇੰਪਲੋਈ ਆ ਉਹਨੂੰ ਦਿੰਦੇ ਉਹ ਇੱਦਾਂ ਹੀ ਫੈਡਐਕਸ ਵਾਲੇ ਜੇ ਕਿਸੇ ਨੇ ਵੱਖਰਾ ਆਪਣਾ ਲੈਣਾ ਤਾਂ ਉੱਦਾਂ 2-3 ਸਕੂਲ ਇੱਕ ਇੰਡੀਅਨ ਸਕੂਲ ਵੀ ਆ 2 ਗੋਰਿਆਂ ਦੇ ਸਕੂਲ ਆ ਤਾਂ ਉੱਥੇ ਜਾ ਕੇ ਆਪਣੀਆਂ ਕਲਾਸਾਂ ਲੈ ਕੇ ਲੈ ਲਵੇ ਹੁਣ ਕੈਲੀਫੋਰਨੀਆ ਵਗੈਰਾ ਇੱਧਰ ਉੱਧਰ ਜਾਣ ਦੀ ਲੋੜ ਕੋਈ ਨਹੀਂ ਹੈਗੀ ਅੱਛਾ ਮੌਸਮ ਜ਼ਿਆਦਾਤਰ ਕਿਵੇਂ ਦਾ ਰਹਿੰਦਾ ਇੱਥੇ ਸਾਰਾ ਸਾਲ ਕਿੰਨੀ ਕੁ ਗਰਮੀ ਹੁੰਦੀ ਆ ਅਤੇ ਕਿੰਨੀ ਕੁ ਠੰਡ ਪੈ ਜਾਂਦੀ ਕਿੰਨਾ ਕੁ ਸਮਾਂ ਰਹਿੰਦੀ ਆ ਮੌਸਮ ਗਰਮੀਆਂ ਨੂੰ ਤਾਂ 90-95 ਤੱਕ ਵੀ ਚਲੇ ਜਾਂਦਾ ਆ ਹੁਣ 95 ਫਾਰਨਹਾਈਟ ਹਾਂਜੀ ਅੱਜ ਵੀ 80-85 ਤਾਂ ਅੱਜ ਵੀ ਚੱਲਦਾ ਆ ਤਾਂ ਬਾਕੀ ਠੰਡ ਵੇਲੇ ਵੀ ਪੂਰੀ ਠੰਡ ਪੈਂਦੀ ਆ ਦੋ ਹੀ ਤਰ੍ਹਾਂ ਦਾ ਮੌਸਮ ਆ ਠੰਡਾ ਵੀ ਚੰਗਾ ਹੀ ਹੁੰਦਾ ਤਾਂ ਗਰਮ ਵੀ ਚੰਗਾ ਹੀ ਹੁੰਦਾ ਠੀਕ ਹੈ ਕੈਲੀਫੋਰਨੀਆ ਨਾਲੋਂ ਗਰਮੀ ਘੱਟ ਪੈਂਦੀ ਹੈ ਜੀ ਇੱਧਰ ਉੱਧਰ ਅਸੀਂ ਹੋ ਕੇ ਆਏ ਹਾਂ ਉੱਧਰ ਤਾਂ 100 ਤੋਂ ਵੀ ਟੱਪ ਜਾਂਦਾ ਫਾਰਨਹਾਈਟ ਤੋਂ ਉਤਲੇ ਬੰਨੇ ਨਾ ਠੀਕ ਕਿਉਂਕਿ ਮੈਂ ਕੈਲੀਫੋਰਨੀਆ ਗਿਆ ਨਹੀਂ ਮੈਨੂੰ ਉਹ ਤਾਂ ਪਤਾ ਨਹੀਂ ਸੀ ਤੁਸੀਂ ਦੱਸਿਆ ਕਿ ਤਾਂ ਕਿਉਂਕਿ ਉਹ ਗਰਮ ਏਰੀਆ ਥੋੜ੍ਹਾ ਗਰਮ ਵੀ ਹੋਣਾ ਪਰ ਉੱਥੇ ਠੰਡ ਵੀ ਘੱਟ
ਤਾਂ ਤਕਰੀਬਨ ਪੁਰਾਣੇ ਵੀ ਕਾਫੀ ਚਿਰ ਤੋਂ ਜਲਕ ਤੋਂ ਲੋਕ ਸਾਡੇ ਆਏ ਹੋਆ, ਪਰ ਹੁਣ ਉਹਨਾਂ ਨੂੰ ਮੋਡੀਫਾਈ ਕਰਕੇ ਵੱਡੇ ਵੱਡੇ ਬਣਾ ਲਿਆ, ਜਿੰਨੀ ਜਨਤਾ ਨੂੰ ਆਪਣੀ ਲੋੜ ਸੀਗੀ ਇਹਨਾਂ ਨੂੰ ਉਸ ਹਿਸਾਬ ਦੇ ਨਾਲ। ਓਕੇ, ਤਾਂ ਗੁਰਦੁਆਰੇ ਠੀਕ ਠਾਕ ਆ, ਗੁਰਦੁਆਰੇ ਵਧੀਆ ਚੱਲੀ ਜਾਂਦੇ, ਭਾਈਚਾਰਾ ਆਪਸ ਵਿੱਚ ਵਧੀਆ ਮੇਲ ਮਿਲਾਪ ਰੱਖਦਾ ਆ, ਤਾਂ ਇਹ ਹੀ ਚਾਹੀਦਾ ਆ, ਬਾਕੀ ਠੀਕ ਠਾਕ ਸਾਰਾ ਕੁਛ। ਅੱਛਾ ਖੜਕਰ ਸਾਹਿਬ, ਲਾਗੇ ਬੰਨੇ ਜਿੱਦਾਂ ਤੁਸੀਂ ਦੱਸਿਆ ਵੀ ਨਿੱਕੇ ਨਿੱਕੇ ਸ਼ਹਿਰਾਂ 'ਚ ਵੀ ਆਪਣੀ ਆਬਾਦੀ ਕਾਫੀ ਆ, ਫਲਾਈਟਾਂ ਲੈਣ ਤੁਹਾਨੂੰ ਸ਼ਿਕਾਗੋ ਜਾਣਾ ਪੈਂਦਾ, ਹੋਰ ਇਹਦੇ ਨੇੜੇ ਨੇੜੇ ਕਿਹੜੇ ਕਿਹੜੇ ਵੱਡੇ ਸ਼ਹਿਰ ਪੈ ਜਾਂਦੇ? ਮੈਂ ਸੁਣਿਆ ਨਿਊਯਾਰਕ ਜਾਂ ਵਾਸ਼ਿੰਗਟਨ ਵੀ ਇੱਥੋਂ ਬਾਏ ਰੋਡ ਤੁਸੀਂ ਆਮ ਟਰੈਵਲ ਕਰਦੇ ਹੋ, ਕਿੰਨੀ ਕਿੰਨੀ ਦੂਰੀ 'ਤੇ ਆ ਸ਼ਹਿਰ? ਨਿਊਯਾਰਕ ਨੂੰ ਤਾਂ 12-13 ਘੰਟੇ ਲੱਗ ਜਾਂਦੇ ਜਾਣ ਨੂੰ, ਕਾਫੀ ਦੂਰ ਪੈਂਦਾ ਆ, ਜਿੰਨਾ ਸਾਨੂੰ ਸਰੀ ਤੋਂ ਕੈਲਗਰੀ ਪੈ ਜਾਂਦਾ। ਹਾਂਜੀ ਹਾਂਜੀ ਤਕਰੀਬਨ, ਹਾਂਜੀ ਬਿਲਕੁਲ। ਬਾਕੀ ਆਪਾਂ ਸਨਸਨਾਟੀ ਚੱਲੇ ਹਾਂ, ਇਹ ਇੱਥੋਂ 100 ਮੀਲ ਆ ਸਾਨੂੰ, ਠੀਕ ਹੈ ਜੀ, ਇਹ ਨੇੜੇ ਆ, ਸ਼ਿਕਾਗੋ 200 ਮੀਲਾਂ 'ਤੇ ਪੈ ਜਾਂਦਾ ਆ। ਓਕੇ, ਤਾਂ ਤਕਰੀਬਨ ਸਾਨੂੰ ਸ਼ਿਕਾਗੋ ਹੀ ਨੇੜੇ ਪੈਂਦਾ, ਜੇ ਨਿਊਯਾਰਕ ਰੀਜਨ ਤਾਂ ਉਹ ਤਾਂ ਲੌਂਗ ਟਾਈਮ ਡਰਾਈਵ ਕਰਨੀ ਪਊਗੀ ਤੁਹਾਨੂੰ। ਅੱਛਾ ਜੀ, ਹਾਂਜੀ। ਅਤੇ ਇੱਥੋਂ ਜੇ ਟੋਰੋਂਟੋ ਬਾਏ ਰੋਡ ਬੰਦੇ ਨੇ ਜਾਣਾ ਹੋਵੇ ਉਹ ਕਿੰਨਾ ਕੁ ਪੈ ਜੂ? ਉਹ 8.5 ਘੰਟੇ ਲੱਗਦੇ ਜੀ, 4 ਘੰਟੇ ਦੇ ਬਾਰਡਰ ਆ ਜਾਂਦਾ, 4 ਘੰਟੇ ਗਾਹਾਂ ਲੱਗਦੇ ਤਕਰੀਬਨ, ਜੇ ਬਹਿ ਉੱਠ ਕੇ ਜਾਣਾ ਤਾਂ 8.5 ਘੰਟੇ ਚੱਲ ਜਾਂਦਾ, ਬਹੁਤੀ ਦੂਰ ਨਹੀਂ ਹੈਗਾ ਉਹਦਾ ਤਕਰੀਬਨ। ਜਿਹੜੇ ਵੀ ਆਪਾਂ ਇੱਥੋਂ ਜਾਂਦੇ ਨੇ ਐਪਲਸ ਤੋਂ ਬਾਈ ਕਾਰ ਹੀ ਜਾਈਦਾ, ਵੀ ਉਹ ਠੀਕ ਰਹਿੰਦਾ ਆ ਸਫ਼ਰ, ਉਹ ਨਹੀਂ ਹੈਗਾ ਦੂਰ ਵਾਲਾ। ਅੱਛਾ, ਮਿਨੀਮਮ ਵੇਜ ਕਿੰਨੀ ਆ ਤੁਹਾਡੀ ਇੱਥੋਂ ਦੀ? ਹਾਂਜੀ, ਇੱਥੇ ਪਹਿਲਾਂ ਤਾਂ ਕੋਵਿਡ-19 ਤੋਂ ਪਹਿਲਾਂ ਤਾਂ ਬਹੁਤ ਘੱਟ ਸੀ, $10-12 ਹੀ ਦਿੰਦੇ ਸੀ ਵੇਅਰ ਹਾਊਸ। ਅੱਛਾ, ਉਹ ਤੋਂ ਬਾਅਦ ਫਿਰ ਥੋੜ੍ਹੇ ਜਿਹੇ $15 ਹੀ ਨਹੀਂ ਮਿਨੀਮਮ ਵੇਜ ਕਰਤੀ ਆ। ਅੱਛਾ, ਬਾਕੀ ਇੱਦਾਂ ਆ ਵੀ ਕੋਈ ਵੇਅਰ ਹਾਊਸ ਵੱਧ ਵੀ ਦੇਈ ਜਾਂਦਾ, ਕੋਈ ਘੱਟ ਵੀ ਦੇਈ ਜਾਂਦਾ, 16-17 ਹੁਣ ਤਕਰੀਬਨ ਸਟਾਰਟਿੰਗ ਹੀ ਆ ਲੋਡ ਦੇ ਹਿਸਾਬ ਨਾਲ। ਬਾਕੀ ਜਿਹੜਾ ਬੰਦਾ ਕੋਈ ਪੁਰਾਣਾ ਲੱਗਾ ਆ ਉਹਦੇ $2 ਵੱਧ ਵੀ ਆ, ਕਿਉਂਕਿ ਸਾਲ ਦੇ ਕੁਛ ਸੈਂਟ ਵਧਾਉਂਦੇ ਰਹਿੰਦੇ ਆ ਹਰੇਕ ਵੇਅਰ ਹਾਊਸ ਵਾਲੇ। ਠੀਕ ਹੈ, ਤਾਂ ਇੱਥੇ ਕੋਈ ਚੱਲਦੀ ਆ 15, ਘੱਟ ਤੋਂ ਘੱਟ 15 ਹੁਣ ਇਸ ਵੇਲੇ ਚੱਲ ਰਹੀ ਹੈ ਇੱਥੇ। ਅੱਛਾ, ਜਿੱਦਾਂ ਤੁਸੀਂ ਦੱਸਿਆ ਕਿ ਮਿਨੀਮਮ ਵੇਜ $15-16 ਆ, ਅਤੇ ਜਿਹੜੇ ਵਧੀਆ ਤਰੀਕੇ ਨਾਲ ਕੰਮ ਕਰ ਉਹਦੇ ਮਿਲ ਜਾਂਦਾ, ਮਤਲਬ ਬਹੁਤਾ ਮਹਿੰਗਾ ਨਹੀਂ, ਘਰ ਵੀ ਬਹੁਤੇ ਮਹਿੰਗੇ ਨਹੀਂ ਆ, ਸਸਤੇ ਆ ਕੰਪੈਰੇਟਿਵਲੀ। ਅਤੇ ਦੂਸਰੀ ਜਿਹੜੀ ਗੱਲ ਆ ਵੀ ਗਰੋਸਰੀ, ਫਿਰ ਪਰਿਵਾਰਾਂ ਦਾ ਇੱਕ ਵੱਡਾ ਖਰਚਾ ਆਉਂਦਾ ਕਿ ਬਈ ਗਰੋਸਰੀ ਮਹੀਨੇ ਦੀ ਕਿੰਨਾ ਕੁ ਖਰਚਾ, ਮਤਲਬ ਕੰਪੈਰੇਟਿਵਲੀ ਕਿੰਨੀ ਕੁ ਮਹਿੰਗੀ ਆ? ਬਾਕੀ ਜਿਹੜੀ ਗਰੋਸਰੀ ਆ, ਗਰੋਸਰੀ ਅੱਗੇ ਨਾਲੋਂ ਥੋੜ੍ਹੀ ਜਿਹੀ ਮਹਿੰਗੀ ਹੋਈ ਆ, ਇੱਥੇ ਵੀ ਮਹਿੰਗੀ ਹੋਈ ਇੱਥੇ ਵੀ ਮਹਿੰਗੀ ਹੋਈ ਆ। ਤੇਲ ਦੇ ਰੇਟ ਵੀ ਮਹਿੰਗੇ ਹੋਏ ਆ, ਤਾਂ ਗਰੋਸਰੀ ਵੀ ਮਹਿੰਗੀ ਹੋਈ, ਹਰ ਚੀਜ਼ ਦੇ ਵਿੱਚ ਮਹਿੰਗਾਈ ਆਈ ਆ ਜੀ, ਜ਼ਰੂਰ $1, $2 ਹਰੇਕ ਚੀਜ਼ ਦੇ ਵਿੱਚ ਜ਼ਿਆਦਾ ਚੜ੍ਹੀ ਆ, ਤਾਂ ਗੈਸ ਵੀ ਚੜ੍ਹੇ ਹੋਇਆ, ਹੁਣ ਥੋੜ੍ਹੀ ਜਿਹਾ ਥੱਲੇ ਆਇਆ ਤੇਲ, ਪਰ ਇੱਥੇ ਮਹਿੰਗਾਈ ਜ਼ਿਆਦਾ ਹੋਈ ਆ। ਬਿਲਕੁਲ ਠੀਕ ਆ, ਹਾਂਜੀ। ਅੱਛਾ ਖੜਕਰ ਸਾਹਿਬ, ਅਖੀਰ ਦੇ ਵਿੱਚ ਵੀ ਜੇ ਕੋਈ ਨਵਾਂ ਬੰਦਾ ਇੱਥੇ ਆਉਂਦਾ ਆ, ਕੰਮ ਕਾਰ ਲੱਭਣ ਦੀ ਤੰਗੀ ਕਿੰਨੀ ਕੁ ਆਉਂਦੀ ਆ, ਜਾਂ ਉਹਦੇ ਬਾਰੇ ਕਿੰਨੇ ਕੁ ਜਾਂ ਲੋਕ ਨੇ ਜਿਹੜੇ ਨਵੇਂ ਤੁਹਾਨੂੰ ਲੱਗਦਾ ਵੀ ਸ਼ਹਿਰ ਦੇ ਵਿੱਚ ਹੋਣ ਆ ਰਹੇ? ਤੁਸੀਂ ਦੱਸਿਆ ਕੋਵਿਡ ਦੇ ਸਮੇਂ ਬਹੁਤ ਲੋਕ ਇੱਧਰ ਆ ਕੇ ਮੂਵ ਹੋਏ, ਅੱਜ ਕੱਲ੍ਹ ਕਿੰਨੀ ਕੁ ਉਸ ਚੀਜ਼ ਦਾ ਲੱਗਦਾ ਵੀ ਕਿੰਨੇ ਕੁ ਲੋਕ ਬਾਕੀ ਹੋਰ ਸੂਬਿਆਂ ਤੋਂ ਇੱਧਰ ਆਉਂਦੇ ਹੋਣਗੇ? ਦੇਖੋ ਜੀ, ਕੰਮਕਾਰ ਦੀ ਗੱਲ ਹੈ ਤਾਂ ਕੰਮਕਾਰ ਤਾਂ ਬੰਦਾ ਕਰਨ ਵਾਲਾ ਹੋਵੇ ਤਾਂ ਉਹਨੂੰ ਕੋਈ ਵੇਟ ਕਰਨ ਦੀ ਲੋੜ ਨਹੀਂ ਪਈ, ਮੈਨੂੰ ਹਜੇ ਪਤਾ ਨਹੀਂ ਮਹੀਨੇ ਨੂੰ ਮਿਲੂ ਜਾਂ 2 ਮਹੀਨਿਆਂ ਨੂੰ ਮਿਲੂਗਾ, ਕਿਉਂਕਿ ਜਿੱਦਾਂ ਦਾ ਵੀ ਬੰਦਾ ਹੈਗਾ ਉੱਦਾਂ ਦੇ ਇੱਥੇ ਕੰਮ ਹੈਗੇ ਵੇਅਰ ਹਾਊਸਾਂ ਦੇ ਵਿੱਚ, ਵੱਖਰੇ ਵੇਅਰ ਹਾਊਸ ਸਾਡੇ ਪੰਜਾਬੀਆਂ ਨੂੰ, ਜਿਨ੍ਹਾਂ ਨੂੰ ਬਿਲਕੁਲ ਵੀ ਪੜ੍ਹ ਕੇ ਨਹੀਂ ਆਇਓ, ਝੋਟੇ ਕੁੱਟ ਕੇ ਆਇਓ ਆ, ਤਾਂ ਉਹਨਾਂ ਨੂੰ ਫੈਡਐਕਸ ਵਾਲੇ ਹੱਥੀ ਛਾਵਾਂ ਕਰਦੇ ਵੀ ਆ ਜਾਓ ਸਾਡੇ ਕੋਲ, ਵੀ ਤੁਹਾਨੂੰ ਚੱਕਦੇ ਹਾਂ। ਬਾਕੀ ਵੇਅਰ ਹਾਊਸਾਂ 'ਚ ਵੀ ਮਾੜਾ ਮੋਟਾ ਜਿਹੜਾ 2-4 ਪੜ੍ਹਿਆ ਉਹ ਵੀ ਚੱਲੀ ਜਾਂਦਾ, ਜਿਹੜਾ ਪੜ੍ਹੇ ਲਿਖੇ ਹੋਣ ਤਾਂ ਲੱਭੇ ਲੈਣੇ ਕੰਮ, ਹੁਣ ਤਾਂ ਜਿੱਦਾਂ ਦਾ ਮਰਜ਼ੀ ਟੈਕਨੀਕਲ ਕੰਮ ਵੀ ਮਿਲ ਜਾਏ ਜਾਂ ਹੋਰ ਵੀ ਮਿਲ ਜਾਏ, ਉਹ ਕਰ ਸਕਦਾ ਆ। ਪਰ ਜਿੱਦਾਂ ਦਾ ਵੀ ਬੰਦਾ ਹੋਵੇ ਨਾ, ਉਹ ਇੱਥੇ ਕੰਮਾਂ ਦੀ ਨਹੀਂ ਕੋਈ ਘਾਟ, ਜੇ ਅੱਜ ਤੁਹਾਡਾ ਕੰਮ ਇੱਕ ਵੇਅਰ ਹਾਊਸ ਤੋਂ ਛੁੱਟਦਾ, ਤੁਸੀਂ ਦੂਜੇ ਦਿਨ ਦੂਜੇ ਜਾ ਸਕਦੇ ਹਾਂ, ਮਤਲਬ ਕੰਮ ਕਰਨ ਦੀ ਨੀਤ ਚਾਹੀਦੀ ਆ, ਨੀਤ ਚਾਹੀਦੀ, ਕੰਮ ਕਰਨ ਵਾਲਾ ਬੰਦਾ ਹੋਵੇ, ਕੰਮ ਦੀ ਕੋਈ ਘਾਟ ਨਹੀਂ ਹੈਗੀ। ਅੱਛਾ ਜੀ, ਤਾਂ ਜੇ ਕਰਨਾ ਹੀ ਨਾ ਹੋਵੇ ਫਿਰ ਤਾਂ ਚੱਕ ਉਹਨੂੰ ਘਰ ਜਾ ਕੇ ਕੰਮ ਦੇ ਦਿਓ, ਤਾਂ ਫਿਰ ਵੀ ਨਹੀਂ ਕਰਨਾ। ਅੱਛਾ ਖੜਕਰ ਸਾਹਿਬ, ਜਿਵੇਂ ਅਸੀਂ ਪਹਿਲਾਂ ਗੱਲ ਕਰਦੇ ਸੀ ਕਿ ਵੀ ਵੇਅਰ ਹਾਊਸ ਬਹੁਤ ਨਵੇਂ ਤੁਹਾਡੇ ਸ਼ਹਿਰ ਦੇ ਵਿੱਚ ਆ ਰਹੇ ਆ, ਉਹਦੇ ਨਾਲ ਵੀ ਅਸਰ ਪੈਂਦਾ ਕਿ ਬਈ ਜੌਬਾਂ ਬਹੁਤ ਕ੍ਰੀਏਟ ਹੁੰਦੀਆਂ, ਨਵੀਆਂ ਨੌਕਰੀਆਂ ਸ਼ਹਿਰ ਦੇ ਵਿੱਚ ਆਉਂਦੀਆਂ, ਕਿਹੜੀਆਂ ਕਿਹੜੀਆਂ ਕੰਪਨੀਆਂ ਦੇ ਵੇਅਰ ਹਾਊਸ ਆ ਰਹੇ ਨਵੇਂ ਇੱਥੇ? ਇੱਥੇ ਐਮਾਜੋਨ ਨੇ ਤਾਂ ਆਪਣੇ ਪੈਰ ਪੂਰੇ ਵਸਾਰ ਲਿਆ ਜੀ, ਕਿਉਂਕਿ 5-6-7 ਉਹਨਾਂ ਦੇ ਇੱਥੇ ਵੇਅਰ ਹਾਊਸ ਆ ਤਕਰੀਬਨ, ਜਿਸ ਐਮਾਜੋਨ ਮੈਂ ਕੰਮ ਕਰਦਾ, ਮੈਂ ਵੀ ਐਮਾਜੋਨ ਦੇ ਵਿੱਚ ਹੀ ਕੰਮ ਕਰਦਾ, ਸਾਡੇ ਤਕਰੀਬਨ 1 ਸ਼ਿਫਟ ਦੇ ਵਿੱਚ 800-900 ਬੰਦਾ ਕੰਮ ਕਰ ਰਿਹਾ। ਅੱਛਾ, ਇਹਦੇ ਲੋਕ ਇੱਦਾਂ 24 ਘੰਟੇ ਉਹ ਚੱਲਦੀ ਆ ਰਾਤ ਦਿਨ, ਤਾਂ ਬਹੁਤ ਵੱਡੇ ਵੱਡੇ ਵੇਅਰ ਹਾਊਸ ਆ। ਹੋਰ ਬਾਕੀ ਵੀ ਵੇਅਰ ਹਾਊਸ ਹੈਗੇ, ਆਲਟਾ ਹੋਇਆ, ਨੀਵੀ ਵਾਲੇ ਹੋਏ, ਬਹੁਤ ਤਰ੍ਹਾਂ ਦੇ ਜਿੱਦਾਂ ਜਿੱਦਾਂ ਦੀਆਂ ਕੰਪਨੀਆਂ ਹੈਗੀਆਂ, ਫੂਡ ਵਾਲੇ ਆ, ਪਰ ਕਾਫੀ ਬੰਦੇ ਜੀ ਜਿੱਦਾਂ ਹੈਗੇ ਸਾਰੇ ਕੰਮ ਦੇ, ਸਾਰਿਆਂ ਨੂੰ ਮਿਲਦਾ ਉੱਥੇ ਕੰਮ, ਬਿਲਕੁਲ ਪੂਰਾ। ਹਾਂਜੀ ਹਾਂਜੀ। ਅੱਛਾ, ਘਰਾਂ ਦੀ ਜੇ ਗੱਲ ਕਰੀਏ ਇੱਕ ਵਾਰੀ ਫਿਰ, ਕੀਮਤਾਂ ਤੇ ਤੁਸੀਂ ਪਹਿਲਾਂ ਦੱਸਤੀਆਂ ਕਿ ਬਈ ਵਧੀਆ ਤੋਂ ਵਧੀਆ ਘਰ ਜਿਹੜਾ $5-6 ਲੱਖ ਦਾ ਆਉਂਦਾ, ਸ਼ੁਰੂਆਤ 2.5-3 ਲੱਖ ਤੋਂ ਹੋ ਜਾਂਦੀ। ਹੁਣ ਜੇ ਕਿਰਾਏ ਤੇ ਗੱਲ ਕਰੀਏ, ਹਰ ਬੰਦੇ ਦੀ ਜਿਹੜੀ ਪਹੁੰਚ ਪੈਂਦਿਆਂ ਨਹੀਂ ਪੈਂਦੀ ਵੀ ਆਉਂਦੇ ਹੀ ਘਰ ਲੈ ਲਏ, ਜੇ ਕੋਈ ਨਵਾਂ ਆਊਗਾ ਉਹ ਓਬਵੀਅਸਲੀ ਆ ਵੀ ਪਹਿਲਾਂ ਕਿਰਾਏ ਤੇ ਰਹਿਣ ਵਾਸਤੇ ਸੋਚੂਗਾ ਨਾ, ਥੋੜ੍ਹਾ ਸਮਾਂ 1.5 ਸਾਲ 2 ਸਾਲ 6 ਮਹੀਨੇ ਉਹ ਰਹੂਗਾ ਵੀ, ਕਿਰਾਏ ਕਿੰਨੇ ਕਿੰਨੇ ਇੱਥੋਂ ਦੇ? ਕਈ ਵਾਰੀ ਕੀ ਹੁੰਦਾ ਰੇਟ ਉਨੇ ਕੀ ਹੁੰਦੇ ਆ,
ਕਿਰਾਏ ਬਹੁਤ ਨੇ ਪਰ ਘਰਾਂ ਦੇ ਜਿਹੜੇ ਰੇਟ ਉਹ ਘੱਟ ਨੇ ਰੇਟ ਉਹ ਕਿਰਾਏ ਸਰੀ ਨਾਲ ਦੇ ਨੇ ਅਤੇ ਰੇਟ ਘਰਾਂ ਦੇ ਤੀਜਾ ਹਿੱਸਾ ਵੀ ਨਹੀਂ ਹੈਗਾ ਇੱਥੇ ਉਹ ਕਿਵੇਂ ਆ ਜੇ ਸਸਤੇ ਨੇ ਘਰ ਕੀ ਕਿਰਾਇਆ ਵੀ ਘੱਟ ਆ ਇੱਥੇ ਸਾਡੇ ਜਿੱਦਾਂ ਤੁਹਾਡੇ ਉੱਥੇ ਬਹੁਤ ਬੇਸਮੈਂਟਾਂ ਆ ਸਾਡੇ ਇੱਥੇ ਅਪਾਰਟਮੈਂਟ ਬਹੁਤ ਬਣੇ ਹੋ ਆ ਅੱਛਾ ਬੇਸਮੈਂਟਾਂ ਨਹੀਂ ਦੋਰੇ ਬੇਸਮੈਂਟਾਂ ਨਹੀਂ ਹੈਗਾ ਬੇਸਮੈਂਟ ਹੈਗੀਆਂ ਘਰਾਂ ਦੇ ਵਿੱਚ ਜਿਨ੍ਹਾਂ ਨੇ ਸਿਰਫ ਆਪਣੇ ਬਹਿਣ ਉੱਠਣ ਲਈ ਬਣਾਈਆਂ ਆ ਕਿਸੇ ਨੇ ਵਾਰ ਬਣਾਈ ਹੋ ਆ ਕਿਸੇ ਨੇ ਕੁਛ ਕਰਨ ਲਈ ਜਾਂ ਕਿੱਦਾਂ ਥੀਏਟਰ ਬਣਾਇਆ ਹਾਂ ਕੋਈ ਇੱਦਾਂ ਨਹੀਂ ਕੋਈ ਬਾਹਰ ਉਹਦੀ ਡੋਰ ਨਹੀਂ ਵੱਖਰੀ ਕੱਢੀਓ ਸਿਰਫ ਅੰਦਰ ਹੀ ਅੰਦਰ ਵਾ ਕਿਰਾਏ ਤਾਂ ਦੇਣ ਲਈ ਨਹੀਂ ਆਪਣੇ ਦੇਣ ਨੂੰ ਬਿਲਕੁਲ ਨਹੀਂ ਹੈਗੀਆਂ ਪਰ ਸਾਡੇ ਇੱਥੇ ਅਪਾਰਟਮੈਂਟ ਬਹੁਤ ਬਣੇ ਹੋ ਆ ਉਹ ਕਿੰਨੇ ਕੁ ਨੂੰ ਰੈਂਟ 'ਤੇ ਮਿਲ ਜਾਂਦੇ ਤਕਰੀਬਨ ਏਰੀਏ 'ਤੇ ਡਿਪੈਂਡ ਕਰਦਾ ਕਈ ਥਾਈਂ ਤਾਂ 500-600 ਨੂੰ ਵੀ ਮੰਥ ਦਾ ਮਿਲ ਜਾਂਦਾ ਜਿਹੜੇ ਏਰੀਏ 'ਚ ਤੱਕ ਵਧੀਆ ਉੱਥੇ 700 ਨੂੰ 800 ਨੂੰ ਸਿੰਗਲ ਬੈੱਡਰੂਮ ਦਾ ਜੇ ਡਬਲ ਵਾਲੇ ਤਾਂ 1000 ਤੱਕ ਵੀ ਚੱਲ ਜਾਂਦੇ ਆ ਤਾਂ ਇੰਨੇ ਨੂੰ ਮਿਲ ਜਾਂਦਾ ਬਾਕੀ ਜਿਹੜੇ ਘਰ ਵਾ ਜਿਸ ਕਿਸੇ ਨੇ ਸਿੰਗਲ ਘਰ ਲੈਣਾ ਹੈ 3 ਬੈੱਡਰੂਮ ਦਾ ਉਹ 1500-1600 ਨੂੰ ਮਿਲ ਜਾਂਦਾ ਜੇ ਕਿਸੇ ਨੇ ਵੱਡੀ ਫੈਮਿਲੀ ਆ ਡਬਲ ਸਟੋਰੀ ਘਰ ਲੈਣਾ ਆ ਉਹ 2000-2200-2500 ਇੱਥੇ ਤੱਕ ਰੈਂਟ ਘਰਾਂ ਦਾ ਚੱਲਦਾ ਹੈ ਜੀ ਸਾਡੇ ਤਾਂ ਹੁਣ ਸਰੀ ਦੇ ਵਿੱਚ 2 ਬੈੱਡਰੂਮ ਬੇਸਮੈਂਟ 1800-1900-2000 ਨੂੰ ਪਹੁੰਚ ਗਏ ਓ ਅੱਛਾ ਜੀ ਤੁਹਾਡੇ ਫਿਰ ਜ਼ਿਆਦਾ ਮਹਿੰਗਾ ਆ ਕੰਮ ਸਾਡੇ ਤਾਂ ਨਹੀਂ ਸਾਡੇ ਤਾਂ 1700-1800 ਨੂੰ ਤੁਹਾਨੂੰ ਤੂੰ ਸਿੰਗਲ ਘਰ ਰਹੇ ਚ ਘਰ ਜਿੱਦਾਂ ਕਹਿੰਦੇ 3 ਬੈੱਡਰੂਮ ਵਾਲਾ ਗਰਾਜਾਂ ਵਾਲਾ ਉੱਦਾਂ ਦਾ ਮਿਲ ਜਾਂਦਾ ਇੱਥੇ ਇਸ ਵੇਲੇ ਅਵੇਲੇਬਲ ਹੈਗੇ ਹਜੇ ਅਤੇ ਆਪਾਂ ਹੁਣ ਬਾਹਰ ਥੋੜ੍ਹਾ ਜਿਹਾ ਧਿਆਨ ਮਾਰੀਏ ਜਿਹੜੀ ਆ ਫਸਲ ਲੱਗੀ ਹੈ ਇਹ ਫਸਲ ਕਿਹੜੀ ਆ ਜੀ ਇਹ ਜੀ ਰੋਂਗੀ ਆ ਜਿਹਨੂੰ ਮੈਂ ਤੁਹਾਨੂੰ ਦੱਸਿਆ ਸੀ ਦਾਲ ਜਿਹੜੀ ਬਣਦੀ ਰੋਂਗੀ ਦੀ ਇਹ ਉਹ ਰੋਂਗੀ ਇੱਥੇ ਜ਼ਿਆਦਾ ਬਸ ਰੋਂਗੀ ਆਉਣੀ ਆ ਜਾਂ ਮੱਕੀ ਆਉਣੀ ਆ ਦੋਵੇਂ ਫਸਲਾਂ ਦੇਖਣ ਨੂੰ ਮਿਲਣੀਆਂ ਕਿਉਂਕਿ ਇਹਨਾਂ ਦੀ ਬਜਾਂਦ ਵੀ ਇੱਕੋ ਟਾਈਮ ਹੁੰਦੀ ਆ ਤਾਂ ਵੱਢ ਵੀ ਇੱਕੋ ਟਾਈਮ ਹੀ ਹੁੰਦੀਆਂ ਇਹ ਦੋਨੇ ਹਾਂਜੀ ਅਤੇ ਸੋਇਆਬੀਨ ਦੀ ਫਸਲ ਵੀ ਹੁੰਦੀ ਨਾਲ ਇਹ ਹੀ ਉਹ ਸੋਇਆਬੀਨ ਰੋਂਗੀ ਕਹਿ ਦਈਦਾ ਜਾਂ ਸੋਇਆਬੀਨ ਕਹਿ ਦਈਦਾ ਇੱਕੋ ਚੀਜ਼ ਆ ਇਹ ਮੈਂ ਅੱਛਾ ਇਹਨੂੰ ਹੀ ਰੋਂਗੀ ਨੂੰ ਹੀ ਸੋਇਆਬੀਨ ਜਿਹੜਾ ਅਸੀਂ ਕਹਿ ਦਈਦਾ ਆ ਅਤੇ ਇਹ ਅਤੇ ਮੱਕੀ ਇਹ ਦੋ ਹੀ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਜ਼ਿਆਦਾਤਰ ਇੱਥੇ ਹੁੰਦੀਆਂ ਜ਼ਿਆਦਾਤਰ ਹਾਂਜੀ ਹੋਰ ਫਸਲ ਨਹੀਂ ਹੁੰਦੀ ਨਾ ਕੋਈ ਬਾਗ ਹੁੰਦਾ ਜਿੱਦਾਂ ਕੋਈ ਫਰੂਟਾਂ ਦਾ ਲਾ ਲਓ ਜਾਂ ਹੋਰ ਉਹ ਵੀ ਅਸੀਂ ਕਦੇ ਦੇਖਿਆ ਨਹੀਂਗਾ ਅੱਛਾ ਜੀ ਬਸ ਇਹ ਦੋ ਹੀ ਫਸਲਾਂ ਹੋਈਆਂ ਮੇਰੇ ਕੋਲ ਫਰੂਟ ਜ਼ਿਆਦਾਤਰ ਜਿਹੜਾ ਪ੍ਰੋਡਿਊਸ ਦੀ ਜੇ ਗੱਲ ਕਰੀਏ ਉਹ ਅਮੈਰੀਕਾ ਦਾ ਟੈਕਸਸ ਜਾਂ ਕੈਲੀਫੋਰਨੀਆ ਇਹਨਾਂ ਦੋ ਸਟੇਟਾਂ ਦੇ ਵਿੱਚ ਹੀ ਜ਼ਿਆਦਾ ਹੁੰਦਾ ਨਾ ਹਾਂਜੀ ਉੱਧਰੋਂ ਹੀ ਆਉਂਦਾ ਸਾਰਾ ਜਿੰਨਾ ਵੀ ਆਉਂਦਾ ਹੈ ਨਾ ਫਰੂਟ ਵੈਜੀਟੇਬਲ ਸਬਜ਼ੀ ਵੀ ਉੱਥੇ ਤਕਰੀਬਨ ਉਹਨਾਂ ਕੈਲੀਫੋਰਨੀਆ ਤੋਂ ਹੀ ਆਉਂਦੀ ਆ ਬਿਲਕੁਲ ਜੀ ਅੱਛਾ ਖੜਕਰ ਸਾਹਿਬ ਇੱਕ ਹੋਰ ਜਦੋਂ ਪਰਿਵਾਰ ਕੋਈ ਨਵੇਂ ਮੂਵ ਹੁੰਦੇ ਆ ਹੁਣ ਮੈਂ ਹਰ ਚੀਜ਼ ਨਾ ਆਪਣੇ ਸ਼ਹਿਰ ਦੇ ਨਾਲ ਜੋੜ ਕੇ ਜੋ ਸਾਡੇ ਉੱਥੇ ਟੱਬਰ ਤੰਗੀਆਂ ਮੁਸ਼ਕਲਾਂ ਹੰਢਾਉਂਦੇ ਨੇ ਆਪਾਂ ਉਹਨਾਂ ਨਾਲ ਜੋੜ ਕੇ ਕਈ ਵਾਰੀ ਦੇਖੀਦਾ ਆ ਉੱਥੇ ਬੰਦਿਆਂ ਨੂੰ ਪ੍ਰੋਬਲਮ ਸੀਗੇ ਵੀ ਬੱਚਿਆਂ ਦੇ ਵਾਸਤੇ ਸਕੂਲਾਂ ਦੇ ਵਿੱਚ ਪੰਜਾਬੀ ਭਾਸ਼ਾ ਜਾਂ ਕੋਈ ਅਜਿਹਾ ਸਕੂਲ ਹੋਏ ਜਿੱਥੇ ਪੰਜਾਬੀ ਪੜ੍ਹਾਈ ਜਾਏ ਨਾਲ ਗੁਰਮੁਖੀ ਪੜ੍ਹਾਈ ਜਾਏ ਬੱਚਿਆਂ ਨੂੰ ਪੰਜਾਬੀ ਭਾਸ਼ਾ ਦੇ ਨਾਲ ਧਾਰਮਿਕ ਗਿਆਨ ਵੀ ਮਿਲੇ ਅਜਿਹੀ ਅਜੇ ਗੱਲਬਾਤ ਇੱਥੋਂ ਦੇ ਸਕੂਲਾਂ ਦੇ ਵਿੱਚ ਚੱਲੀ ਆ ਜਾਂ ਆਪਣਾ ਭਾਈਚਾਰਾ ਇਸ ਪਾਸੇ ਨੂੰ ਵਧਿਆ ਇੱਥੇ ਕਿ ਨਹੀਂ ਅਜੇ ਇੱਥੇ ਕਾਹਲੋਂ ਸਾਹਿਬ ਸਕੂਲਾਂ ਦੇ ਵਿੱਚ ਤਾਂ ਉਹੀ ਪੜ੍ਹਾਈ ਜੋ ਅਮੈਰੀਕਾ ਵਾਲੇ ਕਰਾਉਂਦੇ ਆਪਣੇ ਆ ਠੀਕ ਹੈ ਜੀ ਪਰ ਜਿਹੜੇ ਸਾਡੇ ਗੁਰਦੁਆਰੇ ਦੇ ਵਿੱਚ ਸੰਸਥਾ ਆ ਸਾਡੀਆਂ ਕਈ ਸੇਵਾ ਕਰਦੇ ਆ ਨਿਆਣਿਆਂ ਨੂੰ ਐਤਵਾਰ ਵਾਲੇ ਦਿਨ ਸੈਚਰਡੇ ਵਾਲੇ ਦਿਨ ਉੱਥੇ ਸੱਦਦੇ ਆ ਸਾਡੀ ਉਹਨਾਂ ਨੂੰ ਕਲਾਸਾਂ ਲਾਉਂਦੇ ਆ ਬਿਲਕੁਲ ਬਕਾਇਦਾ ਹਰੇਕ ਗੁਰਦੁਆਰੇ ਦੇ ਵਿੱਚ ਬਾਕੀ ਹਿੰਮਤ ਹੁੰਦੀ ਆ ਪੇਰੈਂਟਸ ਦੀ ਵੀ ਉਹਨਾਂ ਨੇ ਲੈ ਕੇ ਉੱਥੇ ਜਾਣੇ ਆ ਆਪਣੇ ਬੱਚੇ ਜਾਂ ਨਹੀਂ ਜਾਣੇ ਅੱਛਾ ਜੀ ਕਿਉਂਕਿ ਸਾਰਿਆਂ ਗੁਰਦੁਆਰਿਆਂ ਦੇ ਵਿੱਚ ਤਕਰੀਬਨ ਇਹ ਹੈਗਾ ਹੀ ਆ ਵੀ ਆ ਕੇ ਨਿਆਣਿਆਂ ਨੂੰ ਲੈ ਕੇ ਆਓ ਅਸੀਂ ਉਹਨਾਂ ਨੂੰ ਪੰਜਾਬੀ ਸਿਖਾ ਲਈਏ ਪੰਜਾਬੀ ਪੜ੍ਹਾਈਏ ਗਾਹਾਂ ਸਾਡੇ ਕਲਚਰ ਨਾਲ ਜੁੜਨ ਸਿੱਖਣ ਪਰ ਹਜੇ ਸਕੂਲਾਂ ਤੱਕ ਨਹੀਂ ਗਈ ਨੌਬਤ ਇਹ ਅਜੇ ਗੁਰਦੁਆਰਿਆਂ 'ਚ ਇਸ ਚੀਜ਼ ਦਾ ਕੰਮ ਚੱਲਦਾ ਗੁਰਦੁਆਰਿਆਂ 'ਚ ਚੱਲਦਾ ਜੀ ਬਿਲਕੁਲ ਗੁਰਦੁਆਰਿਆਂ ਦੇ ਵਿੱਚ ਚੱਲਦਾ ਕੀ ਗੁਰਦੁਆਰਿਆਂ ਵੱਲੋਂ ਕੋਈ ਸਪੈਸ਼ਲ ਕਲਾਸਾਂ ਸੈਮੀਨਾਰ ਜਾਂ ਇਹੋ ਜਿਹੀ ਚੀਜ਼ ਲਾਈ ਜਾਂਦੀ ਆ ਹਾਂਜੀ ਹਾਂਜੀ ਕਲਾਸਾਂ ਵਗੈਰਾ ਲਾਉਂਦੇ ਆ ਸਾਰੀਆਂ ਅੱਛਾ ਜੀ ਤਾਂ ਬਿਲਕੁਲ ਠੀਕ ਆ ਜੀ ਹੁਣ ਜੋ ਨਾਲ ਹੀ ਸਾਡੇ ਅਗਲੇ ਬੰਨੇ ਵੇਖੋ ਜੀ ਟਰੱਕ ਤੁਰਿਆ ਜਾਂਦਾ ਸੀ ਇਹ ਟਰੱਕ ਵੇਖ ਕੇ ਪਤਾ ਲੱਗਦਾ ਕਿ ਬਈ ਆਪਣੇ ਭਾਈਚਾਰੇ ਤੋਂ ਆਪਣੇ ਜਿਹੜੇ ਪੰਜਾਬੀ ਨੇ ਇਹਨਾਂ ਦੇ ਟਰੱਕ ਆ ਨਾਲ ਉਹਨਾਂ ਸਿੱਧੂ ਮੂਸੇਵਾਲੇ ਦੀ ਫੋਟੋ ਲਾਈ ਹੋਈ ਆ ਅਤੇ ਥੱਲੇ ਲੈਜੈਂਡ ਨੈਵਰ ਡਾਈਜ਼ ਉਹ ਲਿਖ ਕੇ ਲਿਖਿਆ ਹੋਇਆ ਕਿਉਂਕਿ ਸਿੱਧੂ ਮੂਸੇਵਾਲੇ ਦੀ ਮੌਤ ਭਾਵੇਂ ਮਾਨਸੇ ਦੇ ਵਿੱਚ ਹੋਈ ਜਵਾਰ ਕੇ ਪਿੰਡ 'ਚ ਹੋਈ ਪਰ ਉਹਦੇ ਬਾਬਤ ਜਿਹੜਾ ਦਰਦ ਆ ਜੋ ਇਸ ਨੌਜਵਾਨ ਦੇ ਜਾਣ ਦਾ ਦੁੱਖ ਆ ਉਹ ਹੋਰ ਮੁਲਕਾਂ ਦੇ ਵਿੱਚ ਹਰ ਇੱਕ ਥਾਂ 'ਤੇ ਜਿੱਥੇ ਪੰਜਾਬੀ ਬੈਠੇ ਨੇ ਉਹਨਾਂ ਨੂੰ ਵੀ ਬਹੁਤ ਹੋਇਆ ਸੋ ਇਹ ਸ਼ੌਂਕ ਦੇ ਤੌਰ 'ਤੇ ਜਦੋਂ ਅਸੀਂ ਕੰਮ ਕਾਰ ਕਰਦੇ ਹਾਂ ਅਤੇ ਫਿਰ ਉਹਦੇ ਵਿੱਚ ਫਿਰ ਅਸੀਂ ਦਿਲੋਂ ਜਦੋਂ ਜੁੜੇ ਹਾਂ ਪੰਜਾਬ ਦੇ ਨਾਲ ਤਾਂ ਫਿਰ ਸਾਡੇ ਉਹ ਕੰਮਾਂ ਦੇ ਵਿੱਚੋਂ ਪੰਜਾਬੀਅਤ ਪੰਜਾਬ ਪੰਜਾਬਪੁਣਾ ਉਹ ਨਿਕਲ ਕੇ ਜ਼ਰੂਰ ਆਊਗਾ ਸੋ ਇਹ ਆਪਣੇ ਹੀ ਭਾਈ ਸਾਹਿਬ ਲੱਗਦੇ ਨੇ ਮੈਨੂੰ ਲੱਗਦਾ ਜੋ ਟਰੱਕ ਚਲਾ ਰਹੇ ਨੇ ਅਤੇ ਬਾਈ ਹੁਣੀ ਹੱਥ ਵੀ ਹਿਲਾ ਰਹੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਅਤੇ ਬਹੁਤ ਵਧੀਆ ਦੇਖ ਕੇ ਖੁਸ਼ੀ ਹੁੰਦੀ ਆ ਜਦੋਂ ਸੜਕ ਦੇ ਉੱਤੇ ਆਪਣੇ ਜਵਾਨ ਜਾਂ ਆਪਣੇ ਵੀਰ ਸਾਡੇ ਵੱਡੇ ਛੋਟੇ ਮਿਹਨਤ ਕਰਦੇ ਨੇ ਚਾਹੇ ਕੋਈ ਨਵੇਂ ਆਏ ਨੇ ਚਾਹੇ ਪੁਰਾਣੇ ਤੋਂ ਇੱਥੇ ਮਿਹਨਤ ਕਰ ਕਰਕੇ ਨਾਮ ਨਾ ਖੱਟਿਆ ਤਾਂ ਕਿ ਨਵਿਆਂ ਨੂੰ ਜਿਨ੍ਹਾਂ ਨੂੰ ਆ ਕੇ ਹੁਣ ਕੋਈ ਮੁਸ਼ਕਲਾਂ ਨਹੀਂ ਹੁੰਦੀਆਂ ਸੋ ਇਹ ਵੇਖ ਲਓ ਇਹ ਵੀ ਰੌਣਕਾਂ ਆਪਣੀਆਂ ਹੀ ਨੇ ਜੋ ਸੜਕਾਂ 'ਤੇ ਤੁਰੇ ਜਾਂਦੇ ਆ ਜਦੋਂ ਕੋਈ ਭਾਈਚਾਰੇ ਤੋਂ ਮਿਲਦਾ ਅਤੇ ਉਹਨਾਂ ਨਾਲ ਦੇਖ ਕੇ ਖੁਸ਼ੀ ਵੀ ਹੁੰਦੀ ਟਰੱਕ ਦੇ ਮੁਰਲੇ ਬੰਨੇ ਖੰਡਾ ਵੀ ਲਾਇਆ ਤੁਸੀਂ ਦੇਖੋ ਸੋ ਇਹ ਕਮਾਲ ਦੀਆਂ ਚੀਜ਼ਾਂ ਨੇ ਦੇਖ ਕੇ ਖੁਸ਼ੀ ਹੁੰਦੀ ਇਹਨਾਂ ਚੀਜ਼ਾਂ ਨੂੰ ਸੋ ਇਹ ਫਰੇਟ ਲਾਈਨਰ ਦਾ ਕੈਸਕੇਡੀਆ ਟਰੱਕ ਸੀ ਆਪਣੇ ਨੌਜਵਾਨ ਮੈਨੂੰ ਲੱਗਦਾ ਇੱਧਰ ਨੂੰ ਸਿਨਸਿਨਾਟੀ ਨੂੰ ਜਾਂ ਟੈਕਸਸ
ਅੱਛਾ ਉਹ ਪਿੱਛੇ ਨੂੰ ਰੂਟ ਚੱਲ ਜਾਂਦਾ ਨਾ। ਸੋ ਕਾਫੀ ਜਿਵੇਂ ਅਸੀਂ ਗੱਲ ਹੀ ਕਰਦੇ ਸੀਗੇ ਵੀ ਟਰੱਕਿੰਗ ਇੱਕ ਇਹੋ ਜਿਹੀ ਚੀਜ਼ ਆ ਵੀ ਜਦੋਂ ਨਵਾਂ ਕੋਈ ਅੱਜ ਆਉਂਦਾ ਨਾ ਤਾਂ ਉਹਦੀ ਪਹਿਲਾਂ ਪਹਿਲ ਇਹੀ ਹੁੰਦੀ ਆ ਕਿ ਬਈ ਟਰੱਕ ਦਾ ਲਾਇਸੈਂਸ ਬਣਾ ਕੇ ਟਰੱਕ ਦੇ ਉੱਤੇ ਚੜ੍ਹੀਏ ਤਾਂ ਕਿ ਜਲਦੀ ਪੈਸੇ ਵੀ ਬਣਨ ਲੱਗ ਜਾਂਦੇ ਆ। ਨੋ ਡਾਊਟ ਹੁਣ ਥੋੜ੍ਹਾ ਜਿਹਾ ਲਾਇਸੈਂਸ ਅੱਗੇ ਨਾਲੋਂ ਮਹਿੰਗਾ ਜ਼ਰੂਰ ਹੋਇਆ ਪਰ ਉਹਦੀ ਸਿਖਲਾਈ ਪ੍ਰੋਪਰ ਤਰੀਕੇ ਨਾਲ ਵਧੀਆ ਢੰਗ ਨਾਲ ਕੀਤੀ ਜਾਂਦੀ ਆ। ਗੱਲ ਕਰਦੇ ਸੀ ਵੀ ਗੁਰਦੁਆਰੇ ਸਾਹਿਬਾਂ ਦੀ ਵੀ ਗੁਰਦੁਆਰੇ ਸਾਹਿਬਾਂ ਦੇ ਵਿੱਚ ਪੰਜਾਬੀ ਭਾਸ਼ਾ ਪੜ੍ਹਾਈ ਜਾਂਦੀ ਉਹਦੇ ਬਾਬਤ ਸੈਮੀਨਾਰ ਲੱਗਦੇ ਨੇ ਹੋਰ ਕਿੱਦਾਂ ਦੇ ਉਪਰਾਲੇ ਗੁਰਦੁਆਰਿਆਂ ਵੱਲੋਂ ਇੱਥੇ ਕੀਤੇ ਜਾਂਦੇ ਕਿਉਂਕਿ ਅਜੇ ਸਕੂਲ ਵਿੱਚ ਪੰਜਾਬੀ ਪੜ੍ਹਾਈ ਜਾ ਸਕੇ ਇੱਥੋਂ ਤੱਕ ਗੱਲ ਪਹੁੰਚੀ ਨਹੀਂ ਅਜੇ। ਗੁਰਦੁਆਰਿਆਂ ਦੇ ਵਿੱਚ ਪੰਜਾਬੀ ਪੜ੍ਹਾਈ ਜਾਂਦੀ ਸਕੂਲਾਂ ਦੇ ਵਿੱਚ ਤਾਂ ਹਜੇ ਨਹੀਂ ਹੈਗੀ ਤਾਂ ਬਾਕੀ ਇੱਦਾਂ ਵੀ ਤਕਰੀਬਨ 300 ਜਿਹੜੇ ਹਰੇਕ ਗੁਰਦੁਆਰੇ ਵਿੱਚ ਮਨਾਉਂਦੇ ਆ ਉਹਨਾਂ ਨੂੰ ਨਿਆਣਿਆਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਆ। ਅੱਛਾ ਜੀ। ਵਿਸਾਖੀ ਮਨਾਉਂਦੇ ਆ ਬਾਕੀ ਜੋ ਦਿਨ ਤਿਉਹਾਰ ਹੁੰਦੇ ਬਾਕੀ ਗੁਰੂਆਂ ਦੇ ਜੋ ਵੀ ਪੁਰਬ ਨਗਰ ਕੀਰਤਨ ਵੀ ਨਿਕਲਦੇ ਨੇ ਨਗਰ ਕੀਰਤਨ ਵੀ ਇੱਕ ਕਦੋਂ ਕਦੋਂ ਹੁੰਦਾ ਨਗਰ ਕੀਰਤਨ ਉਹ ਸਾਡੇ ਪਿੱਛੇ ਨਿਕਲ ਕੇ ਹਟਿਆ ਪਿਛਲੇ ਮਹੀਨੇ। ਅੱਛਾ ਜੀ। ਹਾਂਜੀ ਡਾਊਨ ਟਾਊਨ ਦੇ ਵਿੱਚ ਨਿਕਲਿਆ ਸੀ ਤਾਂ ਬਾਕੀ ਇੱਕੋ ਹੀ ਨਿਕਲਦਾ ਹੁੰਦਾ ਉਹ ਤਾਂ ਬਸ ਉਹ ਨਿਕਲ ਹਟਿਆ ਪਿਛਲੇ ਮਹੀਨੇ ਜੀ। ਅੱਛਾ ਪੋਲੀਟੀਕਲੀ ਤੌਰ 'ਤੇ ਭਾਈਚਾਰਾ ਕਿੰਨਾ ਕੁ ਸਰਗਰਮ ਆ ਮਤਲਬ ਕੀ ਪੋਲੀਟਿਕਸ ਦੇ ਵਿੱਚ ਐਂਟਰੀ ਅਜੇ ਆਪਣਿਆਂ ਲੋਕਾਂ ਵੱਲੋਂ ਕੀਤੀ ਗਈ ਆ ਕਿ ਨਹੀਂ ਅਜੇ? ਨਹੀਂ ਹਜੇ ਇਹਦੇ ਬਾਰੇ ਤਾਂ ਕੋਈ ਤਿਆਰੀ ਨਹੀਂ ਆਪਣੇ ਸਿੰਘਾਂ ਨੇ ਕੀਤੀ ਪਰ ਸ਼ਾਇਦ ਜਿੱਦਾਂ ਹੁਣ ਆਲੇ ਦੁਆਲੇ ਤੋਂ ਆਪਣੀ ਇਹ ਭਾਈਚਾਰਾ ਬਹੁਤ ਇਕੱਠਾ ਹੋਣ ਲੱਗ ਪਿਆ ਆਉਣ ਲੱਗ ਪਏ ਆ ਲੋੜ ਵੀ ਹੈ ਇਸ ਗੱਲ ਦੀ ਜ਼ਰੂਰ ਕਿਉਂਕਿ ਜੇ ਸਰਕਾਰੀ ਦਰਬਾਰੇ ਕੋਈ ਗੱਲ ਪਹੁੰਚਾਉਣੀ ਆ ਤਾਂ ਆਪਣਾ ਬੰਦਾ ਜ਼ਰੂਰ ਇਹਦੇ ਵਿੱਚ ਹੋਣਾ ਚਾਹੀਦਾ ਆ। ਬਿਲਕੁਲ ਠੀਕ ਆ। ਤਾਂ ਬਾਕੀ ਹੁਣ ਦੇਖੋ ਸ਼ਾਇਦ 1-2 ਸਾਲਾਂ ਤੱਕ ਕੋਈ ਨਾ ਕੋਈ ਸੱਜਣ ਉੱਠੇ ਹੋਏ। ਬਿਲਕੁਲ ਜੀ। ਅਸੀਂ ਤਾਂ ਆਪ ਚਾਹੁੰਦੇ ਹਾਂ ਵੀ ਜ਼ਰੂਰ ਕੋਈ ਨਾ ਕੋਈ ਬੰਦਾ ਹੋਣਾ ਚਾਹੀਦਾ 100% ਉੱਠ ਜਾਣਾ ਕਿਉਂਕਿ ਲੀਡਰੀ ਤਾਂ ਸਾਡੇ ਦੇ ਵਿੱਚ ਮਤਲਬ ਐਂ ਭਰੀ ਪਈ ਆ ਨਾ ਉਹ ਜਾਗਦੀ ਕਦੋਂ ਆ ਨਿਕਲਦੀ ਕਦੋਂ ਆ ਉਹ ਅਜੇ ਸਮਾਂ ਭਾਵੇਂ ਲੱਗ ਜੇ ਪਰ ਲੀਡਰੀ ਦੇ ਸਿਆਸਤ ਤਾਂ ਸਾਡੇ ਨਾਲ ਹੀ ਜੁੜਦੀ ਆ। ਪਰ ਉਹ ਦੇਖੋ ਦੇਖੀ ਆ ਜਿਸ ਵੇਲੇ ਫਿਰ ਨਿਕਲਣ ਲੱਗਣਾ ਤਾਂ ਫਿਰ ਨਿਕਲਣੇ ਵੀ ਕਾਫੀ ਆ ਜੀ ਫਿਰ ਸਾਨੂੰ ਸੋਚਣਾ ਪੈ ਜਾਣਾ ਵੀ ਤੁਰਨਾ ਕਿੱਧਰ ਨੂੰ ਆ ਕਿੱਧਰ ਇਹ ਤਾਂ ਗੱਲ ਹੁੰਦੀ ਆ ਆਪਣੇ ਭਾਈਚਾਰੇ ਦੇ ਵਿੱਚ ਦੇਖੋ ਪਰ ਹਜੇ ਅੱਗੇ ਹਜੇ ਤੱਕ ਤਾਂ ਹੈ ਨਹੀਂ ਗਾ ਹੁਣ ਅੱਗੇ ਦੇਖੋ। ਅਤੇ ਜਿੱਦਾਂ ਆਪਾਂ ਵੀ ਅੱਜ ਹੁਣ ਸਿਨਸਿਨਾਟੀ ਚੱਲੇ ਹਾਂ ਭਾਵੇਂ ਇੱਦਾਂ ਦੇ ਅਜਿਹੇ ਪ੍ਰੋਗਰਾਮ ਇੰਡੀਅਨਐਪਲਿਸ ਦੇ ਵਿੱਚ ਵੀ ਇੱਥੇ ਹੁੰਦੇ ਨੇ ਕਬੱਡੀ ਟੂਰਨਾਮੈਂਟ ਜਾਂ ਹੋਰ ਖੇਡਾਂ ਦੇ ਪ੍ਰੋਗਰਾਮ ਫੁੱਟਬਾਲ ਦੇ ਹਾਕੀ ਦੇ ਜਾਂ ਹੋਰ ਕੋਈ ਵੀ ਖੇਡ ਨਾਲ ਸੰਬੰਧਿਤ ਅਤੇ ਨਾਲ ਹੀ ਸੱਭਿਆਚਾਰਕ ਮੇਲੇ ਇੱਦਾਂ ਦੀਆਂ ਚੀਜ਼ਾਂ ਚੱਲਦੀਆਂ ਹੁੰਦੇ ਜਾਂਦੇ ਰਹਿੰਦੇ ਪ੍ਰੋਗਰਾਮ? ਬਿਲਕੁਲ ਜੀ ਬਿਲਕੁਲ ਇੱਥੇ ਵੀ ਹੁੰਦੇ ਆ ਫੁੱਟਬਾਲ ਦੇ ਵੀ ਰੱਸਾ ਕਸੀ ਦੇ ਵੀ ਵਾਲੀਬਾਲ ਦੇ ਸਾਡੇ ਪਿਛਲੇ ਮਹੀਨੇ ਸਾਡੇ ਇੱਥੇ ਟੂਰਨਾਮੈਂਟ ਹੋਏ ਆ ਬਹੁਤ ਸੋਹਣੇ ਵਧੀਆ ਹੋਏ ਆ। ਸਿਰਫ 2 ਸਾਲ ਨਹੀਂ ਹੋਏ ਜਦ ਕੋਵਿਡ-19 ਦੀ ਦਾ ਰੌਲਾ ਸੀ ਉਹ ਤੋਂ ਬਾਅਦ ਹੁੰਦੇ ਆ ਬਾਕੀ ਇੱਦਾਂ ਵੀ ਸੱਭਿਆਚਾਰਕ ਮੇਲੇ ਬੀਬੀਆਂ ਤੀਆਂ ਸਾਡੇ ਮੈਨੂੰ ਲੱਗਦਾ ਵੀ 5-6 ਤੀਆਂ ਹੀ ਲੱਗਦੀਆਂ ਆ। ਅੱਛਾ। ਹਟਵੀਆਂ ਐਤਕੀ ਐਸ ਨੇ ਲਵਾਉਣੀਆਂ ਦੂਜੇ ਨੇ ਇੱਦਾਂ ਦੇ ਮੇਲੇ ਵੀ ਬਹੁਤ ਸੋਹਣੇ ਹੁੰਦੇ ਆ ਇੱਕ ਦੂਜੇ ਨਾਲ ਜੁੜਨ ਦਾ ਟਾਈਮ ਬਹੁਤ ਸੋਹਣਾ ਮਿਲਦਾ ਆ ਵਧੀਆ ਮਿਲਦਾ ਜੀ। ਮਤਲਬ ਗੁਰਦੁਆਰਿਆਂ ਦੇ ਵਿੱਚ ਵੀ ਇਕੱਠ ਜ਼ਿਆਦਾਤਰ ਵੀਕਐਂਡਾਂ 'ਚ ਹੁੰਦਾ ਜਾਂ ਵੀਕਡੇਜ਼ ਵਿੱਚ ਵੀ ਹੋ ਜਾਂਦਾ? ਤਕਰੀਬਨ ਵੀਕਐਂਡਾਂ ਦੇ ਵਿੱਚ ਇਕੱਠ ਜ਼ਿਆਦਾ ਹੁੰਦਾ ਵੀਕਡੇ ਦੇ ਵਿੱਚ ਤਾਂ ਸਾਰੇ ਕੰਮਾਂ ਵਾਲੇ ਹੁੰਦੇ ਆ ਬਾਕੀ ਇੱਥੇ ਇੱਕ ਹੋਰ 2 ਮੇਨ ਚੀਜ਼ਾਂ ਬਹੁਤ ਆ ਸਾਡੇ ਕਲਵਾਣਾ ਭਾਈਚਾਰਾ ਆ ਇਹ ਆਪਣਾ ਗੁਰਦੁਆਰਾ ਬਾਬਾ ਮਰਾਲੇ ਵਾਲਿਆਂ ਦਾ ਮਨਾਉਂਦੇ ਆ ਉਹ ਬੜਾ ਇਕੱਠ ਹੁੰਦਾ ਉਸ ਵੇਲੇ ਵੀ ਤਾਂ ਬਾਕੀ ਜੋ ਸਾਡੇ ਨਵੇਂ ਸ਼ਹਿਰ ਏਰੀਏ ਦੇ ਭਾਈਚਾਰੇ ਆ ਉਹ ਬਾਬਾ ਰਾਜਾ ਸਾਹਿਬ ਜੀ ਮਜ਼ਾਰੇ ਵਾਲਿਆਂ ਦਾ ਉਹ ਵੀ ਦਿਨ ਵਿੱਚ ਮਨਾਉਂਦੇ ਆ ਤਾਂ ਉਦਣ ਵੀ ਤਕਰੀਬਨ ਬਹੁਤ ਜ਼ਿਆਦਾ ਭਰਮਾ ਇਕੱਠ ਹੁੰਦਾ ਆ ਜੀ। ਅੱਛਾ ਜੀ। ਤਾਂ ਬਹੁਤ ਸੋਹਣੇ ਮੇਲੇ ਲੱਗਦੇ ਆ ਵਧੀਆ ਠੀਕ। ਤੁਹਾਡਾ ਬਹੁਤ ਧੰਨਵਾਦ ਜੀ ਪਹਿਲਾਂ ਪਰੌਂਠਿਆਂ ਲਈ ਅਤੇ ਬਾਅਦ ਵਿੱਚ ਹੁਣ ਸਾਡੇ ਨਾਲ ਇੱਧਰ ਨੂੰ ਚੱਲ ਗਏ ਜੀ। ਥੈਂਕ ਯੂ ਤੁਸੀਂ ਟਾਈਮ ਕੱਢਿਆ ਸਾਡੇ ਕੋਲ ਆਏ ਹਾਂ ਸਾਨੂੰ ਤਾਂ ਬਹੁਤ ਚਾਅ ਸੀ ਤੁਹਾਡਾ ਇੱਧਰ ਆਉਣ ਦਾ ਜੀ ਤਾਂ ਸਾਨੂੰ ਵੀ ਬਹੁਤ ਗਦ ਗਦ ਖੁਸ਼ੀ ਹੋਈ ਹੋ ਤੁਹਾਡੀ ਆਇਆਂ ਦੀ। ਬਹੁਤ ਧੰਨਵਾਦ ਜੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸੋ ਅਸੀਂ ਇੰਡੀਅਨਐਪਲਿਸ ਸਾਡੀ ਟੀਮ ਪਹੁੰਚੀ ਆ ਅਤੇ ਇੰਡੀਅਨਐਪਲਿਸ ਬਾਰੇ ਜਿੰਨੀਆਂ ਕੁ ਜਾਣਕਾਰੀਆਂ ਖਟਕਰ ਸਾਹਿਬ ਤੋਂ ਸਾਨੂੰ ਮਿਲੀਆਂ ਉਹ ਬਹੁਤ ਪਤੇ ਦੀਆਂ ਨੇ ਕਿਉਂਕਿ ਨਵਿਆਂ ਬੰਦੇ ਜਿਨ੍ਹਾਂ ਨੇ ਅਜੇ ਮੂਵ ਹੋਣਾ ਹੋਏ ਜਾਂ ਡਿਸੀਜ਼ਨ ਬਣਾਉਣੇ ਹੋਣ ਕਈ ਵਾਰੀ ਜਾਣਕਾਰੀਆਂ ਸਾਨੂੰ ਐਨ ਐਕੂਰੇਟ ਪ੍ਰੋਪਰ ਕਿਤੋਂ ਮਿਲ ਨਹੀਂ ਪਾਉਂਦੀਆਂ। ਸੋ ਉਹ ਅਜਿਹੀਆਂ ਗੱਲਾਂ ਬਾਤਾਂ ਕੀਤੀਆਂ ਅਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਤੁਸੀਂ ਜਿੱਥੋਂ ਕਿਤੋਂ ਵੀ ਜੁੜੇ ਜੋਗਰਾਜ ਸਿੰਘ ਕਾਹਲ ਨੂੰ ਦਿਵਾ ਗਿਆ ਤੁਸੀਂ ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ।